ਕਿ ਜੇਗੜਾ ਕੁਝ ਹੋ ਰਿਹਾ ਹੈ ਹੁਣ ਪੰਜਾਬ ਦੇ ਵਿੱਚ ਉਹ ਮੈਂ ਤੁਹਾਡੇ ਸਾਹਮਣੇ ਇਹ ਸਾਰੀਆਂ ਗੱਲ ਰੱਖ ਸਕਾਂ ਇਹ ਸ਼ੁਰੂ ਤਾਂ ਹੋਇਆ ਸੀ ਇਹ ਕੋਵਿਡ ਤੋਂ ਔਰ ਫਿਰ ਫਸਲ ਵਢੀ ਜਾ ਰਹੀ ਸੀ ਲੋਕਾਂ ਨੂੰ ਫਰਕ ਫਿਕਰ ਸੀ ਕਿ ਫਸਲ ਦਾ ਕੀ ਹੋਊਗਾ ਵੈਸੇ ਇਹ ਸਾਰੀਆਂ ਗੱਲਾਂ ਤੁਸੀਂ ਮੈਨੂੰ ਮਤਲਬ ਜਾਣਨਾ ਚਾਹੁੰਦੇ ਸੀ ਪਹਿਲੀ ਗੱਲ ਤਾਂ ਬਣਾਈ ਮੈਂ ਤੁਹਾਨੂੰ ਪਿਛਲੀ ਵਾਰ ਵੀ ਦਿੱਤੀ ਫੇਰ ਦਿੰਨਾ ਹੁਣ ਕੱਲ ਪਰਸੋਂ ਨੂੰ ਆਪਣੀ ਵਾੜੀ ਖਤਮ ਹੋ ਜਾਣੀ ਹੈ ਖਰੀਦ ਖਤਮ ਹੋ ਜਾਣੀ ਹੈ ਔਰ ਦੋ 128 ਲੱਖ ਸਾਡੇ ਮੈਟ੍ਰਿਕ ਟਾਈਮ ਤੱਕ ਇਹ ਆਪਣੀ ਫਸਲयत ਕੀ ਪਹੁੰਚੀ ਹੈ ਵਾਇਗਰ ਕਰੇ ਥੋੜੇ ਸਾਰੇ ਪਰਿਵਾਰ ਇਸ ਤੇ ਸੁਖੀ ਰਹੇ ਉਹਦੇ ਚ ਤਕਰੀਬਨ 20000 ਕਰੋੜ ਰੁਪਇਆ ਆਪਣੇ ਰੂਰਲ ਸੈਕਟਰ ਆਪਣੇ ਕਿਸਾਨਾਂ ਵਾਸਤੇ ਇਹ ਆ ਚੁੱਕਿਆ ਹੈ ਇਸ ਫਸਲ ਦੇ ਰਾਹੀਂ ਸੋ ਸਾਰੇ ਵਾਪਨੇ ਬੱਚਿਆਂ ਨੂੰ ਚੰਗੀ ਤਰ੍ਹਾਂ ਆਸਾਮ ਸਕੋਗੇ ਅੱਜ ਜਿੱਥੇ ਤਾਂ ਕੋਵਿਡ ਦਾ ਮਸਲਾ ਹੈ ਦੇਖੋ ਕੋਵਿਡ ਬਹੁਤ ਦੇਖਦਾ ਰਹਿੰਦੇ ਨੇ ਉਹ ਕਹਿੰਦੇ ਵੀ ਰਹਿੰਦੇ ਨੇ ਕਿ ਜੀ ਹੁਣ ਮੁੱਕ ਗਿਆ ਕੁਝ ਨਹੀਂ ਮੁੱਕਿਆ ਇਹ ਦੁਨੀਆ ਤੁਸੀਂ ਅਗਰ ਦੇਖੋ ਸਾਰੀ ਦੁਨੀਆ 'ਚ ਇਹ ਗੱਲ ਫੈਲ ਰਹੀ ਹੈ ਤੇ ਹੋ ਨਹੀਂ ਸਕਦਾ ਕਿ ਇਹ ਹਿੰਦੁਸਤਾਨ ਦੇ ਵਿੱਚ ਇਹ ਗੱਲ ਮੁੱਕ ਜੇ ਇਹ ਆਪਾਂ ਨੂੰ ਬਹੁਤ ਇਤਿਆਹਾਤ ਕਰਨੀ ਪਊ ਬਹੁਤ ਆਪਾਂ ਨੂੰ ਸੰਭਾਲ ਕੇ ਕੰਮ ਚੱਲਣਾ ਪਊਗਾ ਤਾਂ ਹੀ ਆਪਾਂ ਇਹਨੂੰ ਕੰਟਰੋਲ 'ਚ ਰੱਖ ਸਕਾਂਗੇ ਅੱਜ ਇਹ ਬਿਮਾਰੀ ਕੀ ਹੈ ਸਾਨੂੰ ਪਤਾ ਹੈ ਕਿ ਵਾਇਰਸ ਹੈ ਕਿਸ ਕਿਸਮ ਦਾ ਵਾਇਰਸ ਹੈ ਕਿੱਥੋਂ ਆਇਆ ਕਿਵੇਂ ਇਹ ਇਹ ਦੀ ਇਹ ਦੀ ਦੇਖਭਾਲ ਹੋਣੀ ਚਾਹੀਦੀ ਹੈ ਕੁਝ ਕਿਸੇ ਨੂੰ ਕੁਝ ਨਹੀਂ ਪਤਾ ਹੁਣ ਤਾਂ ਸਿਰਫ ਡਾਕਟਰ ਉਹੀ ਦੱਸਦੇ ਨੇ ਥੋੜਾ ਬਹੁਤਾ ਜਿਹੜਾ ਤੁਹਾਨੂੰ ਦਵਾਈ ਕੋਈ ਕਰੋਸਿੰਗ ਦੇ ਦੇ ਜਾਂ ਕੁਝ ਦੇ ਦੇ ਤੁਹਾਨੂੰ ਤੁਹਾਡੇ ਤੁਹਾਨੂੰ ਠੀਕ ਤੁਹਾਡੀ ਸਿਹਤ ਠੀਕ ਰੱਖਣ ਵਾਸਤੇ ਲੇਕਿਨ ਇਹ ਨੂੰ ਕਿਵੇਂ ਅਸੀਂ ਕਾਬੂ ਕਰ ਸਕਤਾ ਹੈ ਦੁਨੀਆ ਪਰਛ ਉਹਦਾ ਹਲੇ ਕਿਸੇ ਨੂੰ ਪਤਾ ਨਹੀਂ ਹਰ ਮੁਲਕ ਆਪਣੀ ਰਿਸਰਚ ਕਰ ਰਿਹਾ ਹਿੰਦੁਸਤਾਨ ਵੀ ਕਰ ਰਿਹਾ ਹੈ ਅਮਰੀਕਾ ਚੋਗੀ ਯੂਕੇ ਚੋਗੀ ਜਰਮਨੀ ਚੋ ਰਹੀ ਹੈ ਸਵਿਟਜ਼ਰਲੈਂਡ ਵਿੱਚ ਹੋ ਰਹੀ ਹੈ ਔਰ ਕੋਈ ਨਾ ਕੋਈ ਇਹਦਾ ਨਿਕਲੂਗਾ ਲੇਕਿਨ ਜੋ ਪਤਾ ਲੱਗ ਰਿਹਾ ਜਦ ਨਿਕਲੂ ਕਿ ਕੀ ਇਹਦਾ ਇਲਾਜ ਹੈ ਜਦ ਨੂੰ ਆਊਗਾ ਸਾਡੇ ਔਰ ਇੱਥੇ ਅਸੀਂ ਇਸਤੇਮਾਲ ਕਰ ਸਕਾਂਗੇ ਸਾਲ ਲੱਗ ਸਕਦਾ ਹੈ ਇਸ ਤੇ ਸਾਨੂੰ ਤਿਆਰੀ ਪੂਰੀ ਆਪਾਂ ਨੂੰ ਰੱਖਣੀ ਪਊਗੀ ਅਸੀਂ ਰੱਖ ਰਹੇ ਹਾਂ ਪੰਜਾਬ ਦੇ ਵਿੱਚ ਮੈਂ ਇਹ ਥੋੜੀ ਹਿੰਮਤ ਹੈ ਜਿਹੜੀ ਤੁਸੀਂ ਸਾਰਿਆਂ ਨੇ ਆਪਣੀ ਇਹਦਾ ਬਚਾਅ ਕੀਤਾ ਜੋ ਅਸੀਂ ਸਰਕਾਰ ਵੱਲੋਂ ਤੁਹਾਨੂੰ ਦੱਸਦੇ ਰਹੇ ਹਾਂ ਕਿ ਡਾਕਟਰ ਇਹ ਕਹਿੰਦੇ ਨੇ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਰਹੋ ਤੁਸੀਂ ਮਾਸਕ ਪਾਓ ਤੁਸੀਂ ਬਾਹਰ ਆਪਣੇ ਜਾ ਕੇ ਜਦੋਂ ਜਾਨੇ ਹੋ ਤੁਸੀਂ ਲੋਕਾਂ ਨੂੰ 6 ਫੁੱਟ ਤੋਂ ਘੱਟਣਾ ਤੁਸੀਂ ਆਪਣਾ ਵਕਫਾ ਰੱਖੋ ਤਾਂ ਕਿ ਤੁਸੀਂ ਉਹਨਾਂ ਦੇ ਨਾਲ ਗੱਲ ਗੱਲ ਜਿਹੜੀ ਗੱਲ ਤੁਸੀਂ ਉਹਨਾਂ ਨਾਲ ਕਰਨੀ ਹੈ ਉਹ ਸਾਰੀਆਂ ਚੀਜ਼ਾਂ ਦੱਸਿਆ ਫਿਰ ਡਾਕਟਰਾਂ ਨੇ ਕਿਹਾ ਹੱਥ ਤੋਂ ਸਾਬਣ ਨੇ ਇਸਤੇਮਾਲ ਕਰੋ ਜਿੰਨੀ ਵਾਰ ਤੋਂ ਹੋ ਸਕਦੇ ਉਹਨਾਂ ਚੰਗੇ ਇਹਦੇ ਦੀ ਜਿਹੜੀ ਤੁਸੀਂ ਗੱਲਾਂ ਕੀਤੀਆਂ ਨੇ ਨਾ ਉਹਦੇ ਨਾਲ ਪੰਜਾਬ ਦੇ ਵਿੱਚ ਕਾਬੂ ਰਿਹਾ ਇਹ ਸ਼ੁਰੂਆਤ ਕਿੱਥੋਂ ਹੋਈ ਸੀ ਜਦੋਂ ਕੁਝ ਸਾਡੇ ਐਨ ਆਰ ਆਈ ਬਾਹਰੋਂ ਆਏ ਕੁਝ 에어ਪੋਰਟ ਆਏ ਆਪਣੇ ਅੰਮ੍ਰਿਤਸਰ ਕੁਝ ਆਏ ਆਪਣੇ ਮੋਹਾਲੀ ਵਿੱਚ ਔਰ ਕੁਝ ਦਿੱਲੀ ਉਰਾਈ ਆਏ 135000 ਆਏ ਔਰ ਤੋਂ ਸ਼ੁਰੂਆਤ ਹੋਈ ਥੋੜੀ ਬਹੁਤੀ ਨਵਾਂ ਸ਼ਹਿਰ ਵਿੱਚ ਔਰ ਥੋੜੀ ਬਹੁਤੀ ਹੁਸ਼ਿਆਰਪੁਰ ਵਿੱਚ ਉਸ ਤੋਂ ਬਾਅਦ ਫੇਰੇ ਜਿਹੜਾ ਨizamuddin ਦਾ ਉੱਥੋਂ ਦਿੱਲੀ ਤੋਂ ਉੱਥੋਂ ਆਏ ਉਹ ਮਾਨਸਾ ਸੰਗਰੂਰ ਓਧਲੇ ਪਾਸੇ ਉੱਥੇ ਇਹ ਗੱਲ ਉੱਥੇ ਫੈਲ ਗਈ ਫੇਰ ਉਸ ਤੋਂ ਬਾਅਦ ਜਿਹੜੇ ਸਾਡੇ ਨੰਦੇੜ ਸਾਹਿਬ ਤੋਂ ਆਏ ਔਰ ਉਹਨਾਂ ਦੇ ਨਾਲ ਹੀ ਸਾਡੇ ਕੋਲ 4000 ਬੰਦਾ ਗਿਆ ਸੀਗਾ ਰਾਜਸਥਾਨ ਚ ਸਰੋਵਰ ਡੰਡੇ ਉਹ ਜਿਹੜੇ ਵਾਪਸ ਆਏ ਔਰ ਕੁਝ ਕੋਟਾ ਤੋਂ ਆਏ ਇਹ ਸਾਰਿਆਂ ਦੇ ਨਾਲ ਫੇਰ ਇੱਕ ਸਪਾਈਕ ਆਈ ਲੇਕਿਨ ਉਹ ਵੀ ਕਾਬੂ ਹਸੀ ਕਰ ਲਈ ਸੋ ਬਾਹਰੋਂ ਜਿਹੜੀਆਂ ਆਈਆਂ ਨੇ ਉਹ ਕਾਬੂ ਹੋ ਗਿਆ ਹੁਣ ਕੀ ਹੋ ਰਿਹਾ ਉਹਰੇ ਹੁਣ ਇੱਕ ਜਦੋਂ ਕੋਈ ਬਾਹਰੋਂ ਆਉਂਦਾ ਹੈ ਔਰ ਅਗਰ ਉਹ ਬੰਦਾ ਬਿਗੈਰ ਡਾਕਟਰ ਦੇ ਕੋਲ ਆਪਣੇ ਜਿੱਥੇ ਸਾਡੀ ਟੀਮਸ ਨੇ ਉਹਨਾਂ ਨੂੰ ਰਿਪੋਰਟ ਕਰੇ ਬਿਗੈਰ ਆਪਣੇ ਘਰਾਂ ਚਲੇ ਜਾਂਦੇ ਫਿਰ ਸਾਨੂੰ ਉਹਨਾਂ ਨੂੰ ਜਾ ਕੇ ਪਿੱਛੋਂ ਭਾਲਣਾ ਪੈਂਦਾ ਕਿ ਕਿਹਨੂੰ ਮਿਲਿਆ ਇਹ ਬੰਦਾ ਹੁਣ ਦੇਖੋ ਤੁਸੀਂ ਕਿ ਅਸੀਂ ਜਿਹੜੇ ਬੰਦੇ ਆਏ ਨੇ ਉਰੇ ਉਹਨਾਂ ਦੇ ਜਿਹੜੇ ਅੱਗੇ ਜਾ ਕੇ ਮਿਲੇ ਨੇ ਜਬ ਬਿਮਾਰੀ ਦੇ ਹਾਲਾਤ ਦੇ ਵਿੱਚ 9500 560 ਬੰਦੇ ਜਿਨ੍ਹਾਂ ਨੂੰ ਸਾਨੂੰ ਟ੍ਰੇਸ ਕਰਨਾ ਪਿਆ ਭਾਲਣਾ ਪਿਆ ਔਰ ਫਿਰ ਉਹਨਾਂ ਦੀ ਸਾਨੂੰ ਇਲਾਜ ਕਰਨਾ ਦੇਖਣਾ ਪਿਆ ਕਿ ਇਹਨਾਂ ਨੂੰ ਕੋਰ ਕੋਵਿਡ ਤਾਂ ਨਹੀਂ ਹੋ ਰਿਹਾ ਔਰ ਉਹਨਾਂ ਦੇ ਵਿੱਚੋਂ ਕੁਝ ਨਿਕਲੇ ਨੇ ਹੁਣ ਅੱਜ ਦੇਖੋ ਕੱਲ ਪਰਸੋਂ ਦੀ ਗੱਲ ਹੈ 23 ਬੰਦੇ ਸੇ ਨਵੇਂ ਕੋਵਿਡ ਵਾਲੇ ਸਾਡੇ ਪੰਜਾਬ 'ਚ ਕੱਲ ਰਾਤ ਜਿਹੜੇ ਅੱਜ ਖਬਰ ਮੇਰੇ ਕੋਲ ਆਈ ਹੈ ਉਹ 19 ਨੇ ਔਰ ਅੱਜ ਦੀ ਖਬਰ ਆਊਗੀ ਕੱਲ ਨੂੰ ਉਹ ਦੇਖਾਂਗੇ ਉੱਥੇ ਕੀ ਹੁੰਦਾ ਹੈ ਲੇਕਿਨ ਹਿੰਦੁਸਤਾਨ 'ਚ ਸਭ ਤੋਂ ਘੱਟ ਹੈ 2158 ਬੰਦਿਆਂ ਨੂੰ ਕੋਵਿਡ ਹੋਇਆ ਹੈ ਔਰ ਅੱਜ 1946 ਬੰਦੇ ਅੱਜ ਅਸੀਂ ਉਹ ਇਲਾਜ ਕਰਕੇ ਵਾਪਸ ਚਲੇ ਗਏ 402 ਹਾਲੇ ਸਾਡੇ ਇਲਾਜ ਦੇ ਵਿੱਚ ਰਹੇ ਨੇ ਲੇਕਿਨ ਇਹ ਜਿਹੜੇ ਬੰਦੇ ਆਏ ਨੇ 23 ਪਰਸੋਂ ਔਰ 19 ਕੱਲ ਇਹ ਬਾਹਰੋਂ ਨਹੀਂ ਆਏ ਇਹ ਐਥਮੀ ਫੈਲ ਰਹੀ ਹੈ ਬਿਮਾਰੀ ਔਰ ਇਹ ਜਿਹੜੀ ਫੈਲ ਰਹੀ ਹੈ ਇਹ ਮੈਨੂੰ ਖਤਰਾ ਹੈ ਇਸ ਦਾ ਇਸ ਸਟੇਜ 3 ਤੇ ਆ ਕੇ ਜਦ ਇਹ ਫੈਲਣ ਲੱਗ ਜੇ ਔਰ ਹੋਰਾਂ ਨੂੰ ਲੱਗ ਜੇ ਤੇ ਵੱਧ ਸਕਦੀ ਹੈ ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਇਸ ਨੂੰ ਖਤਰਾ ਸਮਝ ਕੇ ਤੁਸੀਂ ਅੱਜ ਵੀ ਉਹੀ ਜੋ ਡਾਕਟਰ ਸਾਨੂੰ ਦੱਸਦੇ ਨੇ ਆਪਣਾ ਮਾਸਕ ਪਾਓ ਮੈਂ ਤੁਹਾਨੂੰ ਦੱਸ ਦੇਣਾ ਕਿ ਇੱਥੇ ਇੱਥੇ ਲੋਕ ਕਈ ਮਾਸਕ ਨਹੀਂ ਪਾਉਂਦੇ ਔਰ ਆ ਮੇਰੇ ਕੋਲ ਆંકੜੇ ਨੇ ਜਿਹੜੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਨੂੰ ਸੋਸ਼ਲ ਮੀਡੀਆ ਤੇ ਕਈ ਲਗ ਪੁੱਛਦੇ ਨੇ ਤੁਸੀਂ ਲੋਕ ਮਾਸਕ ਬਿਨਾਂ ਆਉਂਦੇ ਨੇ ਤੁਸੀਂ ਕੋਈ ਕਦਮ ਨਹੀਂ ਚੱਕ ਰਹੇ ਮੈਂ ਦੱਸਾਂ ਤੁਹਾਨੂੰ ਕਿ ਮਾਸਕ ਬਿਨਾਂ ਆਏ ਨੇ ਸਾਰਾ ਮਈ ਤੋਂ ਲੈ ਕੇ 28 ਮਈ ਤੱਕ 11 ਦਿਨਾਂ ਚ 36820 ਬੰਦੇ ਫਾਈਨ ਹੋਏ ਨੇ ਜਿਨ੍ਹਾਂ ਨੇ ਮਾਸਕ ਨਹੀਂ ਪਾਇਆ ਔਰ 432 ਬੰਦੇ ਫਾਇਨ ਹੋਏ ਨੇ ਜਿਨ੍ਹਾਂ ਨੇ ਸੜਕਾਂ ਦੇ ਵਿੱਚ ਥੁੱਕਿਆ ਹੁਣ ਇਹ ਬਿਮਾਰੀ ਫੈਲਦੀ ਕਿਵੇਂ ਹੈ ਇਹ ਥੁੱਕ ਤੋਂ ਫੈਲਦੀ ਹੈ ਔਰ ਤੁਸੀਂ ਅਗਰ ਥੁੱਕੀ ਜਾਓ ਸਾਰੇ ਕਿਤੇ ਔਰ ਤੁਸੀਂ ਆਪਣੇ ਮਾਰਕ ਨਾ ਪਾਉ ਤਾਂ ਤੁਸੀਂ ਬਿਮਾਰੀ ਫਲਾਉਣ ਦੀ ਗੱਲ ਕਰ ਰਹੇ ਹੋ ਔਰ ਇਹ ਇੱਥੇ ਔਰ ਇਹਨਾਂ ਤੇ 503 ਐਫ ਆਈ ਆਰਾਂ ਹੋਈਆਂ ਨੇ ਤਾਂ ਕਿ ਇਸ ਨਾਲ ਇਹਨਾਂ ਨੂੰ ਪਤਾ ਲੱਗੇ ਕਿ ਜਿਹੜੇ ਬੰਦੇ ਕਾਨੂੰਨ ਤੋੜਦੇ ਨੇ ਉਹਦਾ ਫਿਰ ਕੀ ਅਸਰ ਹੁੰਦਾ ਹੈ ਇਹ ਪਿਛਲੇ 24 ਘੰਟਿਆਂ ਦੇ ਵਿੱਚ 646 ਬੰਦੇ ਨੇ ਜਿਹੜੇ ਮਾਸਕ ਦੇ ਵਿੱਚ ਜਿਨ੍ਹਾਂ ਨੇ ਨਹੀਂ ਪਾਈ ਔਰ ਜਿਨ੍ਹਾਂ ਨੂੰ ਔਰ ਜਿਨ੍ਹਾਂ ਨੂੰ ਉਹਨਾਂ ਨੇ ਫਾਈਂਡ ਕੀਤਾ ਪੁਲਿਸ ਨੇ ਔਰ 6863 ਬੰਦੇ ਨੇ ਜਿਨ੍ਹਾਂ ਨੇ ਕੱਲ ਦੇ ਦਿਨ ਟੱਕ ਕਰਦੇ ਉਹਨਾਂ ਨੂੰ ਫੜਿਆ ਗਿਆ ਸੀ ਔਰ ਇਹਨਾਂ ਤੇ 29 ਐਫਆਈਆ ਹੋਈਆਂ ਨੇ ਹੁਣ ਦੇਖ ਲਓ ਕਿ ਤੁਸੀਂ ਇਹ ਗੱਲਾਂ ਸਾਰੀਆਂ ਫੁੱਲ ਰਹੇ ਹੋ ਜੋ ਦੱਸਿਆ ਨੇ ਔਰ ਇਹ ਚੀਜ਼ਾਂ ਨੇ ਜਿਹੜੀਆਂ ਇੱਥੇ ਇਸ ਬਿਮਾਰੀ ਨੂੰ ਫਲੌਂਦੀਆਂ ਨੇ ਤੇ ਇਹ ਇੱਕ ਬੜੀ ਮਾੜੀ ਗੱਲ ਹੈ ਤੁਸੀਂ ਅਗਰ ਆਪਣੇ ਪੰਜਾਬ ਨੂੰ ਬਚਾਉਣਾ ਹੈ ਆਪਣੇ ਗਵਾਂਡ ਨੂੰ ਬਚਾਉਣਾ ਹੈ ਆਪਣੇ ਪਿੰਡ ਨੂੰ ਬਚਾਉਣਾ ਹੈ ਆਪਣੇ ਸ਼ਹਿਰ ਨੂੰ ਬਚਾਉਣਾ ਹੈ ਤਾਂ ਆਹੀ ਤੁਹਾਨੂੰ ਕਰਨਾ ਪਊਗਾ ਆ ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਨੇ ਬਿਲਕੁਲ ਗਲਤ ਬਾਤ ਹੈ ਔਰ ਇਹਨਾਂ ਨੂੰ ਜਿਨ੍ਹਾਂ ਨੇ ਕੀਤੀਆਂ ਨੇ ਭੁਗਤਣਾ ਪਊ ਹਰ ਚੀਜ਼ ਤੇ 500 ਰੁਪਏ ਦਾ ਇੱਕ ਫਾਈਨ ਹੈ ਤੁਹਾਨੂੰ ਪਤਾ ਹੈ ਕੋਈ ਮਾਸਕ ਨਹੀਂ ਪਾਊਗਾ ਔਰ ਫੜਿਆ ਗਿਆ ਤਾਂ 500 ਰੁਪਏ ਦਾ ਫਾਈਨ ਅਗਰ ਧੋਖਿਆ ਔਰ ਉਹ ਫੜਿਆ ਗਿਆ 500 ਰੁਪਏ ਦਾ ਫਾਈਨ ਇਹ ਸਾਰੀਆਂ ਚੀਜ਼ਾਂ ਇਹੀ ਤਰੀਕਾ ਹੈ ਕਿ ਲੋਕ ਸਮਝਣਗੇ ਨਹੀਂ ਤਾਂ ਕੋਈ ਸਮਝਦਾ ਹੀ ਨਹੀਂ ਕੋਈ ਸਮਝਦੇ ਨਹੀਂ ਕਿ ਸਾਰੀ ਗੱਲੀ ਮੁੱਕ ਗਈ ਇਹ ਗੱਲ ਨਹੀਂ ਮੁੱਕੀ ਇਹਨੇ ਅੱਗੇ ਫੈਲਣਾ ਹੈ ਔਰ ਇਸ ਕਰਕੇ ਮੈਂ ਇਸ ਨੂੰ ਤੁਹਾਨੂੰ ਹੁਣ ਬੇਨਤੀ ਕਰਨਾ ਚਾਹੁੰਦਾ ਕਿ ਇਹਨੂੰ ਸੀਰੀਅਸਲੀ ਬਹੁਤ ਗੰਭੀਰਤਾ ਨਾਲ ਸੋਚ ਕੇ ਇਹ ਤੁਸੀਂ ਕਦਮ ਚੱਕੋ ਤੁਸੀਂ ਉਹ ਮੈਨੂੰ ਪੁੱਛੋਗੇ ਮੈਨੂੰ ਕਈਆਂ ਨੇ ਪੁੱਛਿਆ ਕਿ ਕਦੋਂ ਤੁਸੀਂ ਇਸ ਇਸ ਲੋਕਡਾਊਨ ਨੂੰ ਚੱਕੋਗੇ ਲੌਕਡਾਊਨ ਤਾਂ ਚੱਕਿਆ ਸੀ ਚੱਕਿਆ ਹੀ ਚੱਕਿਆ ਕਿਉਂਕਿ 7 ਵਜੇ 7 ਵਜੇ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਤੁਹਾਨੂੰ ਅਸੀਂ ਪੂਰੀ ਖੁੱਲ ਛੁੱਟੀ ਦੇ ਸਕਦੀ ਹਾਂ ਕਿ ਤੁਸੀਂ ਬਾਕੇ ਬਾਹਰ ਜਾ ਕੇ ਆਪਣੀ ਦੁਕਾਨਾਂ ਜਿਹੜਾ ਕੁਝ ਖਰੀਦਣਾ ਤੁਸੀਂ ਖਰੀਦੋ ਲੇਕਿਨ ਸ਼ਾਮ ਦੇ 7 ਵਜੇ ਤੋਂ ਲੈ ਕੇ ਸਵੇਰ ਦੇ 7 ਵਜੇ ਤੱਕ ਉਹ ਗਵਰਨਮੈਂਟ ਆਫ ਇੰਡੀਆ ਦੀ ਕਰਫਿਊ ਹੈ ਹੁਣ ਗਵਰਨਮੈਂਟ ਆਫ ਇੰਡੀਆ ਕੀ ਦੱਸਦੇ ਨੇ ਉਹ ਦੇਖਾਂਗੇ 31 ਤਰੀਕ ਨੂੰ 31 ਤਰੀਕ ਨੂੰ ਪ੍ਰਾਈਮ ਮਿੰਿਸਟਰ ਜ਼ਰੂਰ ਕੁਛ ਨਾ ਕੁਛ ਐਲਾਨ ਕਰਨਗੇ ਕਿਉਂਕਿ ਉਹਨਾਂ ਦਾ ਲੌਕਡਾਊਨ 31 ਤਰੀਕ ਤੱਕ ਹੈ ਕਰਫਿਊ ਹੁਣ ਕਾਈ ਸੁਧਰੇ ਹਕਮ ਔਰ ਮੈਨ ਨਹੀਂ ਚਾਹੁੰਦਾ ਕਿ ਇੱਕ ਆਊਟ ਆਫ ਕੰਟਰੋਲ ਚਲਾ ਜਾਏ ਬੰਬਈ ਦੇ ਵਿੱਚ ਦੇਖਿਆ ਤੁਸੀਂ ਲੱਖਾਂ ਦੇ ਬੰਦੇ ਉੱਥੇ ਹੋਣ ਅਮਰੀਕਾ 1 ਲੱਖ ਤਾਂ ਮਰ ਗਏ ਉੱਥੇ ਔਰ ਪਤਾ ਨਹੀਂ ਸਾਰਾ ਲੱਖ ਨੇ ਜਿਹੜਾ ਇਸ ਵੇਲੇ ਕੋਵਿਡ ਦੇ ਨਾਲ ਨੇ ਯੂਕੇ ਦੇਖੋ 34000 ਮਰ ਗਏ ਔਰ ਔਰ ਪਤਾ ਨਹੀਂ ਕਿੰਨੇ ਲੱਖਾਂ ਚ ਉੱਥੇ ਜਰਮਨੀ ਦੇ ਵਿੱਚ ਸਿਸਲੈਂਡ ਵਿੱਚ ਸਾਰੇ ਮਿਲਕਾਂ ਦੇ ਵਿੱਚ ਇਹ ਹੋ ਰਿਹਾ ਤਾਂ ਅਸੀਂ ਆਪਣੇ ਪੰਜਾਬ ਨੂੰ ਬਚਾਇਆ ਹੋਇਆ ਔਰ ਹੁਣ ਇਹ ਜੀ ਗੱਲ ਆਪਾਂ ਕੋਈ ਕਰਦੀ ਜੀ ਦੇ ਨਾਲ ਬਿਲਕੁਲ ਆਪਾਂ ਹੋਰ ਨੁਕਸਾਨ ਕਰਾ ਲਈ ਆਪਣਾ ਤੋ ਮੇਰੀ ਇਹ ਹੀ ਬੇਨਤੀ ਚ ਉਹਨੂੰ ਕੋਵਿਡ ਵਿੱਚ ਕੁਝ ਹੁਣ ਤੁਹਾਡੇ ਸਵਾਲ ਆਏ ਨੇ ਉਹ ਸਵਾਲ ਮੈਂ ਹੁਣ ਤੁਹਾਡੇ ਉਹਨਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ ਪਹਿਲਾ ਸਵਾਲ ਤਾਂ ਇਹ ਕਿ ਤੁਸੀਂ ਕਰਨ ਸਕੋਗੇ ਉਹਨਾਂ ਨੇ ਕਿਸ ਨੇ ਪੁੱਛਿਆ ਦੇਪਾਂਸ਼ੂ ਜੀ ਨੇ ਕਿ ਆਪਣੇ ਨੌਕਰੀਆਂ ਆਪ ਪੰਜਾਬ ਤੋਂ ਬਣਾ ਸਕੀਏ ਦੇਖੋ ਵੀਰੋ ਨੌکریاں ਬੰਦੀਆਂ ਨੇ ਕਿੰਨੇ ਸਰਕਾਰੀ ਨੌکریاں ਹੁੰਦੀਆਂ ਨੇ ਪਰ ਉਹ ਤਾਂ ਛੋੜੀਆਂ ਹੀ ਹੁੰਦੀਆਂ ਨੇ ਜਿੰਨੇ ਰਿਟਾਇਰ ਹੁੰਦੇ ਨੇ ਉਹਨੇ ਨਵੇਂ ਬੰਦੇ ਆ ਜਾਂਦੇ ਨੇ ਨਾ ਕੋਈ ਨਵੀਂ ਕੋਈ ਕੁਝ ਚੀਜ਼ ਲੱਗ ਜਾਂਦੀ ਹੈ ਉਹਦੇ ਥੋੜਾ ਥੋੜਾ ਜਿਹਾ ਹੋਰ ਲੱਗ ਜਾਂਦੇ ਨੇ ਇੰਡਸਟਰੀ ਦੇ ਵਿੱਚ ਹੁਣ ਖੁਸ਼ੀ ਦੀ ਇਹ ਗੱਲ ਹੈ ਕਿ ਪਹਿਲਾਂ ਜਿੱਥੇ 2% ਸੀ ਔਰ ਸਿਰਫ 2% ਸਾਡੇ 2 ਲੱਖ 56000 ਦੇ ਵਿੱਚੋਂ ਇੰਡਸਟਰੀ ਚੱਲ ਰਹੀ ਸੀ ਉਹ ਗੋਵਿੰਦਗੜ੍ਹ ਥੋੜੀ ਬਹੁਤੀ ਔਰ ਥੋੜੀ ਫਾਰਮ ਫਾਰਮaceutical ਇੰਡਸਟਰੀ ਚੱਲ ਰਹੀ ਸੀ ਹੁਣ ਕੁਝ ਦਿਨਾਂ ਚ ਜਾਤੋਂ ਇਹ ਖੋਲਿਆ ਹੈ ਸੈਂਟਰ ਨੇ ਉਦੋਂ ਤੋਂ 85% ਸਾਡੀ ਇੰਡਸਟਰੀ ਹੁਣ ਚੱਲ ਪਈ ਹੈ ਔਰ ਸਾਡੇ ਲੇਬਰ ਵੀ ਉੱਥੇ ਹੈ ਤੁਸੀਂ ਨੌਕਰੀਆਂ ਦੀ ਗੱਲ ਕੀਤੀ 65% ਸਾਡੀ ਲੇਬਰ ਇਸ ਵੇਲੇ ਸਾਡੇ ਉਹ ਫੈਕਟਰੀਆਂ ਦੇ ਵਿੱਚ ਕੰਮ ਕਰ ਰਹੀ ਹੈ ਸੋ ਇਹ ਲੇਬਰ ਦਾ ਤਾਂ ਆਹੀ ਤਰੀਕਾ ਹੈ ਹੁਣ ਹੁਣ ਚੋਨੇ ਦੀ ਵਜਾਈ ਸ਼ੁਰੂ ਹੋਣੀ ਹੈ ਉੱਥੇ ਵੀ ਲੇਬਰ ਲੱਗੂ ਫਿਰ ਬਾਡੀ ਹੋਣੀ ਆ ਉੱਥੇ ਵੀ ਲੱਗੂ ਫਿਰ ਕਾਣੀ ਕਣਕ ਦੀ ਬਜਾਈ ਹੋਵੇ ਉੱਥੇ ਵੀ ਲੱਗੂ ਤੋਂ ਸਾਰੀਆਂ ਕੋਈ ਕੋਈ ਖੇਤੀਬਾੜੀ ਨਾਲ ਸੰਬੰਧਤ ਨਹੀਂ ਕੋਈ ਫੈਕਟਰੀਆਂ ਦੇ ਨਾਲ ਸੰਬੰਧਤ ਨਹੀਂ ਕੋਈ ਹੋਰ ਨੌਕਰੀਆਂ ਨੇ ਜਿਹੜੀਆਂ ਲੋਕ ਆਪਣੀਆਂ ਕਰਦੇ ਨੇ ਕੋਈ ਕੰਸਟਰਕਸ਼ਨ ਇੰਡਸਟਰੀ ਵਿੱਚ ਆ ਕੋਈ ਕਿਤੇ ਆ ਫਿਰ ਤੁਸੀਂ ਮੈਨੂੰ ਪੁੱਛਿਆ ਆਈਟੀ ਇੰਡਸਟਰੀ ਮਲਟੀਨੇਸ਼ਨਲ ਆਈਟੀ ਕੰਪਨੀਆਂ ਤੁਸੀਂ ਪੰਜਾਬ ਦੇ ਵਿੱਚ ਲਿਆਓ ਇਹ ਤਾਂ ਪਹਿਲਾਂ ਹੀ ਅਸੀਂ ਲਿਆਏ ਹੋਏ ਆ ਆ ਮੋਹਲੀ ਅਗਰ ਤੁਸੀਂ ਜਾ ਕੇ ਦੇਖੋ ਜਦੋਂ ਮੇਰੀ ਪਹਿਲੀ ਸਰਕਾਰ ਸੀ ਅਸੀਂ ਇੰਨੀਆਂ ਉੱਥੋਂ ਲਿਆਈਏ ਕੋਰਕ ਲੱਗੀ ਸੀ ਜਿਹੜੇ ਤੁਸੀਂ ਵੱਡੇ ਵੱਡੇ ਨਾਮ ਜਾਣਦੇ ਹੋ ਸਾਰੇ ਆਖੇ ਆਏ ਹੋਏ ਸੀ ਕਿ ਕੁਝ ਰੁਕਿਆ ਕੰਮ ਕੁਝ ਬਦਲ ਗਿਆ ਕੰਮ ਨਾਈਟੀ ਇੰਡਸਟਰੀ ਵੀ ਐਡਵਾਂਸ ਕਰ ਰਹੀ ਹੈ ਕੁਝ ਕਿਸੇ ਤਰੀਕੇ ਨਾਲ ਚੱਲਦੀ ਹੈ ਕੋਈ ਕਿਸੇ ਤਰੀਕੇ ਨਾਲ ਚੱਲਦੀ ਹੈ ਤਾਂ ਹਾਲੇ ਵੀ ਚੱਲ ਰਹੀਆਂ ਨੇ ਇੱਥੇ ਕਈ ਔਰੇ ਆਈਆਂ ਨੇ ਵਾਦਾ ਉਹਨਾਂ ਚਾਉਣਾ ਹੈ ਹੁਣ ਅਗਰ ਹਾਲਾਤ ਸੁਧਰਨਗੇ ਤਾਂ ਫਿਰ ਵਾਦਾ ਉਹਨਾਂ ਦੇ ਵਿੱਚ ਉਦੋਂ ਆਊਗਾ ਇਹ ਜਸਟਿਸ ਸਿੱਧੂ ਸਾਹਿਬ ਨੇ ਤੇ ਗੌਰਵ ਕੁਮਾਰ ਜੀ ਨੇ ਫਾਜ਼ਲ ਕਾਦੂ ਪੁੱਛਿਆ ਮੈਨੂੰ ਔਰ ਫਿਰ ਮੈਨੂੰ ਰੂਚਿਕਾ ਜੀ ਨੇ ਮੈਨੂੰ ਇਹ ਪੁੱਛਿਆ ਤੁਹਾਨੂੰ 2% ਸਾਡੀ ਜਿਹੜੀ ਜੀਐਸਟੀ ਪਿਆ 6 ਲੱਖ ਕਰੋੜ ਉਹਨਾਂ ਦੇ ਵਿੱਚੋਂ ਸਾਨੂੰ 3% ਦਾ ਲੋਨ ਲੈਣ ਵਾਸਤੇ ਆਜ਼ਾਦਤ ਹੈ ਉਹ ਅਸੀਂ 2% ਹੋਰ ਮੰਗੀ ਸੀ ਕਿ 3% ਤੋਂ ਤੁਸੀਂ 5% ਕਰ ਦਿਓ ਕਿ ਅਸੀਂ ਲੈ ਸਕੀਏ ਔਰ ਉਹ ਆਜ਼ਾਦਤ ਉਹਨਾਂ ਨੇ ਦੇ ਦਿੱਤੀ ਹੈ ਸਾਨੂੰ ਲੇਕਿਨ ਉਹਦੇ ਤੇ ਇਹਨਾਂ ਨੇ ਕੰਡੀਸ਼ਨ ਲਗਾ ਦਿੱਤੇ ਉਹਨੇ ਕੰਡੀਸ਼ਨ ਨਹੀਂ ਲੱਗ ਸਕਦੀ ਇਹ ਫੈਡਰਲ ਸਟਰਕਚਰ ਹੈ ਸਾਡਾ ਆਰਥਿਕਤਾ ਸਾਡੇ ਆਪਣੇ ਹੱਥਾਂ ਦੇ ਵਿੱਚ ਹੈ ਸਾਡੇ ਹੱਥਾਂ ਦੇ ਵਿੱਚ ਫਾਈਨੈਂਸ਼ੀਅਲ ਜਿਹੜੇ ਇੰਸਟੀਟਿਊਸ਼ਨਸ ਨੇ ਕਿਵੇਂ ਚੱਲਦੀਆਂ ਨੇ ਉਹ ਸਾਡਾ ਕੰਮ ਹੈ ਫਾਈਨੈਂਸ਼ੀਅਲ ਕਿਵੇਂ ਚੱਲਦੇ ਨੇ ਕਿਸੇ ਮਹਿਕਮੇ ਦੇ ਉਹ ਸਾਡਾ ਕੰਮ ਹੈ ਔਰ ਤੁਸੀਂ ਨਹੀਂ ਲਗਾ ਸਕਦੇ ਇਹਦੇ ਤੇ ਕਿ ਤੁਸੀਂ ਉਹਦੇ ਤੇ ਲਗਾ ਦਿਓ ਕਿ ਜਿਹੜਾ ਅਗਰ ਤੁਸੀਂ ਇਹ ਅੱਧਾ ਪਰਸੈਂਟ ਲੈਣਾ ਤਾਂ ਇਹ ਕਰਨਾ ਪਊ ਜਾਂ 1% ਲੈਣਾ ਤਾਂ ਇਹ ਕਰਨਾ ਪਊ ਤੁਹਾਡੇ ਹੱਥ 'ਚ ਨਹੀਂ ਅਸੀਂ ਨਹੀਂ ਇਸ ਗੱਲ ਨੂੰ ਮੰਨਦੇ ਐਂਡ ਇਹਨਾਂ ਨੂੰ ਗਵਰਨਮੈਂਟ ਆਫ ਇੰਡੀਆ ਨੂੰ ਇਸ ਨੂੰ ਮੈਂਟ ਕਰਨਾ ਪਊਗਾ ਇਹ ਅਨ ਕੰਡੀਸ਼ਨਲ ਇਹ ਸਾਨੂੰ ਇਹ ਪੈਸੇ ਦੇਣੇ ਪੈਣਗੇ ਉਹਨਾਂ ਨੂੰ ਜਿਹਦੇ ਨਾਲ ਅਸੀਂ ਆਪਣੇ ਪੰਜਾਬ ਨੂੰ ਸਾਨੂੰ ਪਤਾ ਹੈ ਕਿ ਸਾਡੇ ਕਿਹੜੇ ਮਹਿਕਮੇ ਦੇ ਵਿੱਚ ਸਾਨੂੰ ਕੀ ਕੁਝ ਲੋਨ ਹੈ ਔਰ ਸਾਡਾ ਪੈਸਾ ਹੈ ਅਸੀਂ ਉਧਾਰ ਲੈ ਰਹੇ ਹਾਂ ਔਰ ਅਸੀਂ ਮੋੜਨੇ ਔਰ ਤੁਸੀਂ ਸਾਨੂੰ ਦੱਸੋ ਕਿ ਕਿਵੇਂ ਕਰੋ ਇਹ ਐਸੇ ਚੱਲ ਸਕਦਾ ਹੈ ਕੰਮ ਇਹ ਹੀ ਸਾਡੀ ਪ੍ਰੋਬਲਮ ਅੱਜ ਤੋਂ ਨਹੀਂ ਜਦ ਝਗੜਾ ਵੀ ਪੰਜਾਬ ਦੇ ਵਿੱਚ ਇੱਕ ਵਾਰ ਹੋਇਆ ਸੀ ਕਈ ਸਾਲ 1970 80 ਦੇ ਵਿੱਚ ਇੱਕ ਜਿਹੜੀ ਮੰਗ ਸੀ ਆਈ ਸੀ ਫੈਡਰਲ ਸਟਰਕਚਰ ਦੀ ਜਿਹੜੀ ਕਿ ਤੁਸੀਂ ਸਾਡੇ ਤੋਂ ਸਾਰੀਆਂ ਤਾਕਤਾਂ ਖਿੱਚ ਰਹੇ ਹੋ ਇਹ ਬਿਲਕੁਲ ਗਲਤ ਬਾਤ ਹੈ ਅਸੀਂ ਸਟੇਟ ਐ ਅਸੀਂ ਚਲਾਉਨੇ ਆ ਲੋਕਾਂ ਨੂੰ ਅਸੀਂ ਚੁਣਾਉਨੇ ਆ ਔਰ ਇਹ ਸਾਰੇ ਸਟੇਟ ਰੜ ਕੇ ਇੱਕ ਮੁਲਕ ਬਣਾਉਂਦੇ ਨੇ ਪਰ ਸਾਡੀ ਜਿਹੜੀ ਆਰਥਿਕਤਾ ਹੈ ਔਰ ਸਾਡੀ ਸੰਭਾਲ ਹੈ ਔਰ ਸਾਡੇ ਕੋਲ ਹੋਣੀ ਚਾਹੀਦੀ ਹੈ ਕੋਈ ਸਾਨੂੰ ਨਹੀਂ ਕਹਿ ਸਕਦਾ ਕੋਈ ਕਿ ਤੁਸੀਂ ਆ ਚੀਜ਼ ਕਰੋ ਜਾਂ ਉਹ ਚੀਜ਼ ਕਰੋ ਜਾਂ ਉਹਦੇ ਤੇ ਤੁਸੀਂ ਅਸੀਂ ਇਹ ਕੰਡੀਸ਼ਨ ਲਾਵਾਂਗੇ ਜਾਂ ਉਹ ਕੰਡੀਸ਼ਨ ਲਾਵਾਂਗੇ ਅਸੀਂ ਇਹਦੇ ਨਾਲ ਸਹਿਮਤ ਨਹੀਂ ਔਰ ਇਹ ਨਹੀਂ ਹੋਏਗਾ ਸਾਡੇ ਵਾਸਤੇ ਫਿਰ ਤੁਸੀਂ ਪੁੱਛਿਆ ਸੀ ਕਿ ਹੁਣ ਲੌਕਡਾਊਨ 5 ਦਾ ਕੀ ਹੋਏਗਾ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਲੌਕਡਾਊਨ ਹੈ ਨਾ ਅਦਾ ਸਵੇਰ ਤੋਂ 7 ਵਜੇ ਤੱਕ ਸ਼ਾਮ ਦੇ 7 ਵਜੇ ਤੱਕ ਅਸੀਂ ਖੋਲ ਦਿੱਤੀ ਸਭ ਕੁਝ ਕੇ ਆਪਣੇ ਫੈਕਟਰੀਆਂ ਵੀ ਚੱਲਣ ਕਮਰਸ ਵੀ ਚੱਲੇ ਆਪਣੇ ਕੰਮਾਂ ਤੁਸੀਂ ਜਾਓ ਸ਼ਾਮ ਦਾ 7 ਵਜੇ ਤੋਂ ਲੈ ਕੇ ਸਵੇਰ ਦੇ 7 ਵਜੇ ਤੱਕ ਉਹ ਗਵਰਨਮੈਂਟ ਆਫ ਇੰਡੀਆ ਦਾ ਕਰਫਿਊ ਲੱਗਿਆ ਹੋਇਆ ਹੈ ਉਹ ਹੁਣ ਗਵਰਨਮੈਂਟ ਆਫ ਇੰਡੀਆ ਕੀ ਕਰਦੀ ਹੈ 31 ਤਰੀਕ ਨੂੰ ਉਹ ਸਾਨੂੰ ਦੱਸਣਗੇ ਲੇਕਿਨ ਅਸੀਂ ਕੋਸ਼ਿਸ਼ ਕਰਾਂਗੇ ਕਿ ਹੋਰ ਰਾਹਤ ਦਿੱਤੀ ਜਾਵੇ ਲੋਗਾਂ ਨੂੰ ਔਰ ਉਹ ਤੁਹਾਨੂੰ ਦੱਸਾਂਗੇ ਕਿ ਕੀ ਹੈ ਲੇਕਿਨ ਇਸ ਤੋਂ ਪਹਿਲਾਂ ਕਿ ਵਸ ਇਹ ਫੈਸਲਾ ਕਰੀਏ ਮੈਂ ਅੱਜ ਆਪਣੇ ਸਲਾਹਕਾਰਾਂ ਨੂੰ ਸਾਰਿਆਂ ਨੂੰ ਸੱਦ ਕੇ ਇਸ ਬਾਰੇ ਗੱਲ ਕੀਤੀ ਸੀ ਕੋਵਿਡ ਬਾਰੇ ਡਾਕਟਰ ਸਾਹਿਬ ਨੇ ਸਾਰੇ ਜਿਹੜੀ ਅਸੀਂ ਕਮੇਟੀ ਬਣਾਈ ਹੈ ਇਸ ਵਾਸਤੇ ਔਰ ਹੁਣ ਅਸੀਂ ਵੇਟ ਕਰ ਰਹੇ ਹਾਂ ਦੇਖਣ ਨੂੰ ਕਿ ਅਲਾ ਅਨ ਕਰਨ ਤੋਂ ਪਹਿਲਾਂ ਕਿ ਸੈਂਟਰ ਦੀ ਗਵਰਨਮੈਂਟ ਕੀ ਕਹ ਦਸਦੀ ਹੈ 31 ਤਾਈ ਉਹਨਾਂ ਦਾ ਲਾਕਡਾਊਨ ਸੀ 31 ਤਾਈ ਮੇਰਾ ਹੈਲਥਮਿੰਟ ਪ੍ਰਧਾਨ ਮੰਤਰੀ ਜੀ ਆਪਣਾ ਐਲਾਨ ਕਰਨਗੇ ਸੈਮ ਨੇ ਇੱਕ ਸੈਮ ਨੇ ਮੈਨੂੰ ਪੁੱਛਿਆ ਕਿ ਲਾਕਡਾਊਨ ਅਗਰ ਕੰਟੀਨਿਊ ਕਰੇਗੀ ਰੈਸਟ੍ਰਿਕਸ਼ਨਸ ਘਟ ਹੋਣ ਗਿਆ ਜਾਂ ਨਹੀਂ ਜ਼ਰੂਰ ਕੱਟ ਕਰਾਂਗੇ ਇਹ ਤਾਂ ਅਸੀਂ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਡਾਕਟਰਾਂ ਅੰਤਵਿੱਤ ਦਾ ਫੈਸਲਾ ਗਵਰਨਮੈਂਟ ਆਫ ਇੰਡੀਆ ਔਰ ਅਸੀਂ ਲੜ ਕੇ ਕਰਾਂਗੇ ਇਸ ਕਰਕੇ ਕਿ ਕੀ ਕਰਨਾ ਹੈ ਕੀ ਨਹੀਂ ਕਰਨਾ ਲੇਕਿਨ ਅੱਜ ਸਾਰੀ ਦੁਨੀਆ ਜਾ ਰਹੀ ਹੈ ਲਾਕਡਾਊਨ ਨੂੰ ਘਟਟਾਉਣ ਵਾਸਤੇ ਕਿਉਂਕਿ ਅਸੀਂ ਆਰਥਿਕਤਾ ਆਪਣੇ ਮੁਲਕ ਦੀ ਔਰ ਆਪਣੇ ਸੂਬਿਆਂ ਦੀ ਕਾਇਮ ਰੱਖਣੀ ਹੈ ਔਰ ਇਸ ਲਈ ਸਾਨੂੰ ਕੋਈ ਲਾਕਡਾਊਨ ਦੇ ਵਿੱਚ ਕੋਈ ਕੋਈ ਅ ਅ ਜੇ ਜੇੜਾ ਕੁਝ ਵੀ ਅਸੀਂ ਕਰ ਸਕਦੇ ਆ ਉਹ ਅਸੀਂ ਤੁਹਾਡੀ ਤੁਹਾਡੇ ਫਾਇਦੇ ਵਾਸਤੇ ਅਸੀਂ ਕਰਾਂਗੇ ਇਸ ਨੂੰ ਕਿਛੇ ਤੁਸੀਂ ਕਹੇ ਨੇ ਕਿ ਅੰਮ੍ਰਿਤਸਰ ਦੇ ਵਿੱਚ ਡਾਕਟਰ ਕਹਿ ਰਹੇ ਨੇ ਇਹ ਵਰੁਣ ਨੇ ਅੰਮ੍ਰਿਤਸਰ ਤੋਂ ਕਿ ਇੱਕ ਕਮਿਊਨਿਟੀ ਸਪਰੈਡ ਹੋ ਰਹੀ ਹੈ ਇਹ ਹੀ ਮੈਂ ਹੁਣੀ ਗੱਲ ਕਰਕੇ ਹਟਿਆ ਔਰ ਮੈਂ ਤੁਹਾਨੂੰ ਆਪਣੇ ਅੰਮ੍ਰਿਤਸਰ ਦਾ ਇਹ ਦੱਸਣਾ ਹੈ ਤੁਹਾਡੇ ਆਂਕੜੇ ਕੀ ਨੇ ਆ ਲੋ ਥੋੜੇ ਅੰਮ੍ਰਿਤਸਰ ਦੇ ਵਿੱਚ ਕੱਲ ਦੇ ਦਿਨ 7 ਕੇਸ ਨਵੇਂ ਆਏ ਨੇ ਔਰ ਸੱਤ ਕੇਸ ਇੱਕ ਨਵਾਂ ਕੇਸ ਹੈ ਜਿਹੜਾ ਕਿਦੋਂ ਬਾਹਰੋਂ ਆਇਆ ਔਰ 6 ਕਹੇਦੇ ਕੇਸ ਨੇ ਜੋ ਕੰਟੈਕਟ ਕੇਸ ਨੇ ਇੱਕ ਦੂਜੇ ਨੂੰ ਮਿਲ ਕੇ ਸੋ ਜੋ ਤੁਹਾਨੂੰ ਡਾਕਟਰ ਅਮਰਿਤਸਰ ਦੇ ਵਿੱਚ ਕਹਿ ਰਹੇ ਨੇ ਸਹੀ ਕਹਿ ਰਹੇ ਨੇ ਇਹ ਹੁਣ ਆਪਸ ਵਿੱਚ ਫੈਲ ਰਹੀ ਹੈ ਗੱਲ ਆਪਣੇ ਸ਼ਹਿਰਾਂ ਦੇ ਵਿੱਚ ਆਪਣੇ ਆਪਣੇ ਮਹੱਲਿਆਂ ਦੇ ਵਿੱਚ ਜਿੱਥੇ ਵੀ ਹੈ ਔਰ ਇਹ ਖਤਰਨਾਕ ਚੀਜ਼ ਹੈ ਔਰ ਇਸ ਦਾ ਇਹੀ ਤਾਂ ਹੀ ਅਸੀਂ ਇਸ ਨੂੰ ਫੈਸਲਾ ਕਰਨ ਵੇਲੇ ਅਸੀਂ ਇਹਦਾ ਧਿਆਨ ਸ਼ੁਰੂ ਕਰਾਂਗੇ ਇਸ ਗੱਲ ਨੂੰ ਔਰ ਤੁਸੀਂ ਇਹ ਫਿਰ ਪੁੱਛਿਆ ਕਿ ਜੋਗਾ ਸਿੰਘ ਚੋਹਾਨ ਨੇ ਕਿ ਪ੍ਰਾਈਵੇਟ ਬੱਸਾਂ ਪਿੰਡਾਂ ਵਿੱਚ ਕਦੋਂ ਚੱਲਣਗੀਆਂ ਸਾਡੇ ਵੱਲੋਂ ਕੋਈ ਰਿਕਵਟ ਨਹੀਂ ਅਗਰ ਪ੍ਰਾਈਵੇਟ ਬੱਸਾਂ ਨਹੀਂ ਚੱਲਦੀਆਂ ਉਹਨਾਂ ਦੀ ਉਹਨਾਂ ਦੀ ਆਪਣੀ ਆਪਣੀ ਸੋਚ ਹੋਣੀ ਹੈ ਪੰਜਾਬ ਸਰਕਾਰ ਨੇ ਤਾਂ ਖੁੱਲ੍ਹ ਕਰ ਦਿੱਤੀ ਹੈ ਕਿ ਤੁਸੀਂ ਜਿਹੜੀ ਬੱਸਾਂ ਨੇ ਚੱਲਣਾ ਹੈ ਜਿਹੜੀ ਬੱਸਾਂ ਕੰਪਨੀਆਂ ਨੇ ਚੱਲਣੀਆਂ ਉਹ ਛੱਡਾਉਣ ਜਿਹੜੇ ਲੋਕ ਆ ਰਹੇ ਨੇ ਬਾਹਰੋਂ ਉਹਨਾਂ ਨੂੰ ਸਾਰਿਆਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਕਈਆਂ ਦਾ ਜਿੰਨਾ ਦਾ ਕੋਈ ਜੋ ਕੋਈ ਸਿੰਪਟਮ ਨਹੀਂ ਜਿੱਥੇ ਕੋਈ ਐਸੇ ਜੀ ਲੱਗਦੀ ਨਹੀਂ ਕਿ ਇਹਨਾਂ ਨੂੰ ਕੁਝ ਹੈ ਕੋਈ ਬਿਮਾਰੀ ਉਹਨਾਂ ਨੂੰ ਅਸੀਂ ਘਰ ਭੇਜਦੇ ਹਾਂ ਔਰ ਉੱਥੇ ਘਰ ਦੇ ਵਿੱਚ ਕੁਆਰੰਟਾਈਨ ਕਰਵਾ ਰਹੇ ਹਾਂ ਉਹ ਕੁਆਰੰਟਾਈਨ 14 ਦਿਨ ਦੀ ਰਹਿੰਦੀ ਹੈ ਕੁਆਰੰਟਾਈਨ ਦਾ ਮਤਲਬ ਉੱਥੇ ਬੰਦ ਆਪਣੇ ਘਰਾਂ ਚ ਉਹਨਾਂ ਨੂੰ ਰਹਿਣਾ ਪਊ ਬਾਹਰ ਇੱਕ ਨੋਟਿਸ ਲੱਗ ਜਾ ਕਿ ਘਰ ਕੁਆਰੰਟਾਈਨ ਦੇ ਵਿੱਚ ਹੈ ਔਰ ਮੈਡੀਕਲ ਐਡਵਾਈਸ ਦੇ ਅਧਿਨ ਮੈਡੀਕਲ ਸੰਭਾਲ ਦੇ ਅਧਿਨ ਇਹ ਰਹਿਣਗੇ ਜਦੋਂ ਤੁਸੀਂ ਡਾਕਟਰ ਕਹਿੰਗੇ ਤੁਸੀਂ ਠੀਕ ਹੋ ਹੁਣ ਤੁਸੀਂ ਬਾਹਰ ਜਾ ਸਕਦੇ ਹੋ ਸੋ ਇਹ ਜਿੱਥੇ ਵੀ ਹੋਏਗਾ ਇਹੋ ਜੀ ਗੱਲ ਅਗਰ ਤੁਹਾਨੂੰ ਕਿਸੇ ਨੂੰ ਪਤਾ ਲੱਗਦਾ ਹੈ ਕਿ ਕੋਈ ਆ ਰਿਹਾ ਹੈ ਔਰ ਬਗੈਰ ਗਵਰਨਮੈਂਟ ਨੂੰ ਦੱਸੇ ਜਾਂ ਬਗੈਰ ਸਾਡੇ ਡੀਸੀ ਨੂੰ ਜਾਂ ਐਸਡੀਐਸ ਨੂੰ ਜੋ ਵੀ ਸਾਡੇ ਅਫਸਰ ਉੱਥੇ ਲੱਗੇ ਹੋਏ ਨੇ ਉਹਨਾਂ ਨੂੰ ਦੱਸੇ ਉਹ ਆ ਕੇ ਘਰ ਚ ਰਹਿ ਰਿਹਾ ਜਰੂਰ ਇਹ ਗੱਲ ਉਹਨਾਂ ਨੂੰ ਪਹੁੰਚਾ ਦਿਓ ਕਿਉਂਕਿ ਤੁਹਾਡੀ ਆਪਣੀ ਸਮਾਂਹ ਹੈ ਇਸ ਘਰ ਚ ਕਿ ਤੁਸੀਂ ਦੱਸਿਓ ਕਿ ਜੀ ਫਲਾਣਾ ਬੰਦਾ ਆਇਆ ਉਹਨੇ ਆਪਣੇ ਕਿਸੇ ਕੋਲ ਗਿਆ ਨਹੀਂ ਸਿੱਧੇ ਆਪਣੇ ਘਰ ਚ ਗਿਆ ਹੈ ਦੱਸੋ ਫਿਰ ਸਾਨੂੰ ਇਹ ਚੈੱਕ ਕਰਾਉਣਾ ਸਾਡੇ ਵਾਸਤੇ ਜ਼ਰੂਰੀ ਪਊਗਾ ਤਾਂ ਕਿ ਅਸੀਂ ਇਹ ਬਿਮਾਰੀ ਨੂੰ ਕੰਟਰੋਲ ਕਰ ਸਕੀਏ ਉੱਥੇ ਦੇਖੋ ਟੈਸਟਾਂ ਦੀ ਗੱਲ ਹੈ ਤੁਸੀਂ ਕਿਹਾ ਸੀ ਮੈਨੂੰ ਕਿ ਜਿਹੜੀ ਕਿੱਟ ਆਉਂਦੇ ਨੇ ਕਰੋਨਾ ਦੇ ਕਿੱਟ ਆਗੇ ਸੀ ਇਹ ਕਿੱਟ ਆਗੇ ਸੀ ਪਹਿਲਾਂ ਚਾਈਨਾ ਤੋਂ ਮੰਗਵਾਏ ਸੀ ਅਸੀਂ ਫਿਰ ਮੇਰਾ ਖਿਆ ਸਾਊਥ ਕੋਰੀਆ ਤੋਂ ਮੰਗਾਇਆ ਸੀ ਲੇਕਿਨ ਇਹਦੇ ਨਾਲ ਪਤਾ ਨਹੀਂ ਲੱਗ ਰਿਹਾ ਕਿਤੇ ਕਿਤੇ ਦੇ ਵਿੱਚ ਉਹ ਬੰਦਾ ਕੋਈ ਕਰੋਨਾ ਨਜ਼ਰ ਆਉਂਦੀ ਹੈ ਕਿਤੇ ਨਹੀਂ ਆਉਂਦੀ ਤਾਂ ਇਹ ਕੋਈ ਠੀਕ ਨਹੀਂ ਸੀ। ਤੋਂ ਆਪਣੀ ਗਵਰਨਮੈਂਟ ਨੇ ਹਿੰਦੁਸਤਾਨ ਦੀ ਗਵਰਨਮੈਂਟ ਨੇ ਇਹ ਕਿਟ ਵਾਪਸ ਕਰ ਦਿੱਤੇ ਨੇ ਔਰ ਹੁਣ ਕਰੋਨਾ ਟੈਸਟਿੰਗ ਹੀ ਡਾਇਰੈਕਟ ਹੁੰਦੀ ਹੈ। ਉਹਦੇ ਵਾਸਤੇ ਪੰਜਾਬ 'ਚ ਪਹਿਲਾਂ ਸਾਡੇ ਕੋਲ ਬਹੁਤ ਘੱਟ ਸੀ। 700 ਦੇ ਕਰੀਬ ਹੁੰਦੇ ਸੀ। ਫੇ 25000 ਤੇ ਪਹੁੰਚ ਗਏ ਔਰ ਹੁਣ ਅਸੀਂ 6-7000 ਟੈਸਟ ਡੇਲੀ ਅਸੀਂ ਕਰ ਰਹੇ ਹਾਂ। ਮਸ਼ੀਨਾਂ ਨੇ ਮਂਗਾਈਆਂ ਨੇ ਔਰ ਡਾਇਰੈਕਟ ਕਰੋਨਾ ਦਾ ਟੈਸਟ ਇੱਥੇ ਹੋ ਰਿਹਾ ਹੈ। ਤਾਂ ਕੋਈ ਅਜਿਹੀ ਗੱਲ ਹੁੰਦੀ ਹੈ ਤਾਂ ਤੁਹਾਨੂੰ 24 ਘੰਟੇ ਪਤਾ ਲੱਗ ਜੂ ਕਿਸੇ ਨੂੰ ਕਰੋਨਾ ਹੈ ਜਾਂ ਨਹੀਂ ਹੈ ਉਹ ਜਿਹੜਾ ਟੈਸਟ ਹੁੰਦਾ ਸੀ ਉਹ ਕਰੋਨਾ ਟੈਸਟ ਨਹੀਂ ਸੀ ਉਹ ਐਂਟੀਬਾਡੀਜ਼ ਟੈਸਟ ਹੁੰਦਾ ਸੀ ਇੱਕ ਹੋਰ ਕਿਸਮ ਦਾ ਟੈਸਟ ਉਹ ਨਹੀਂ ਠੀਕ ਚੱਲਿਆ ਤਾਂ ਸਾਨੂੰ ਇਹ ਕਰਨਾ ਪਿਆ ਹੁਣ ਇਹ ਸੰਦੀਪ ਜੀ ਲੁਧਿਆਣਾ ਤੋਂ ਉਹਨਾਂ ਨੇ ਸਵਾਲ ਕੀਤਾ ਮੈਨੂੰ ਅ ਤੁਸੀਂ ਫੇਰ ਕਹੀ ਮੈਨੂੰ ਦਵਾਈ ਤੋਂ ਕਮਲਜੀਤ ਸਿੰਘ ਜੀ ਨੇ ਲਿਖਿਆ ਚੰਡੀਗੜ੍ਹ ਅਸੀਂ ਆਉਣਾ ਚਾਹੁੰਦੇ ਹਾਂ ਕੋਈ ਫਲਾਈਟ ਆਣੀ ਦੇਖੋ ਫਲਾਈਟਾਂ ਹੌਲੀ ਹੌਲੀ ਸਾਰੀ ਸ਼ੁਰੂ ਹੋ ਰਹੀਆਂ ਨੇ ਔਰ ਉਹਦੇ ਵਿੱਚ ਡੇਲੀ ਤਿੰਨ ਫਲਾਈਟਾਂ ਦੁਬਈ ਚ ਆ ਰਹੀਆਂ ਨੇ ਲੋਕਾਂ ਨੂੰ ਲੈ ਕੇ ਥੋੜਾ ਤਰੀਕਾ ਇੱਕੋ ਹੀ ਹੈ ਅਸੀਂ ਵੀ ਇਤਲਾਅ ਕਰ ਦਾਂਗੇ ਲੇਕਿਨ ਕੌਂਸੂਲੇਟ ਜੋ ਹੈ ਸਾਡਾ ਹਿੰਦੁਸਤਾਨ ਦਾ ਉੱਥੇ ਦੁਬਈ ਦੇ ਵਿੱਚ ਉੱਥੇ ਜਾ ਕੇ ਤੁਸੀਂ ਆਪਣਾ ਨਾਮ ਨੋਟ ਕਰਾਓ ਔਰ ਦੱਸੋ ਕਿ ਤੁਸੀਂ ਚੰਡੀਗੜ੍ਹ ਪਹੁੰਚ ਰਹੇ ਹੋ ਔਰ ਜਦੋਂ ਫਲਾਈਟ ਦਾ ਵਿੱਚ ਉਹਨਾਂ ਨੂੰ ਜਗਾ ਹੋਏਗੀ ਤੁਹਾਨੂੰ ਉੱਥੋਂ ਭੇਜ ਦੇਣਗੇ ਨਾਰਮਲ ਫਲਾਈਟਾਂ ਹਾਲੇ ਨਹੀਂ ਚਲੀਆਂ ਇਹ ਸਿਰਫ ਜੋ ਆਪਣੇ ਲੋਗ ਉੱਤੇ ਫਸੇ ਹੋਏ ਨੇ ਉਹਨਾਂ ਵਾਸਤੇ ਫਲਾਈਟ ਹੈ ਪਰ ਇਹ ਅਬ ਤੁਸੀਂ ਆਪਣੇ ਕੌਂਸਲ ਜਨਰਲ ਕੋਲ ਜਾਓ ਕੌਂਸਲੇਟ ਵਿੱਚ ਔਰ ਜਿਹੜਾ ਉੱਥੇ ਅਫਸਰ ਨਿਯੁਕਤ ਕੀਤਾ ਹੈ ਉਹ ਆਪਣਾ ਨੋਟ ਸਭ ਕੁਝ ਉਹਨੂੰ ਨੋਟ ਕਰਾਓ ਫਿਰ ਤੁਸੀਂ ਇਹ ਵੀ ਪੁੱਛਿਆ ਕਿ ਯੂਕੇ ਦੇ ਕਦੋਂ ਫਲਾਈਟਾਂ ਜਾਣ ਗਈਆਂ ਸਿਰਫ ਇੱਕ ਜਾਰੀ ਹੈ ਇਸ ਵੇਲੇ ਫਲਾਈਟ ਅੰਮ੍ਰਿਤਸਰ ਤੋਂ ਅੱਗੇ ਕਿਧਰ ਕਦੋਂ ਜਾਣਗੇ ਆ ਕਿਥੋਂ ਜਾਣਗੇ ਇਹ ਹੁਣ ਜਦੋਂ ਗਵਰਨਮੈਂਟ ਆਫ ਇੰਡੀਆ ਫੈਸਲਾ ਕਰੂ ਉਹ ਦੱਸਣਗੇ ਕਿਉਂਕਿ ਫਲਾਈਟਾਂ ਦਾ ਕੰਮ ਉਹਨਾਂ ਦਾ ਹੈ ਔਰ ਉਹਨਾਂ ਨੂੰ ਆਪਣੇ ਜੈਸੇ ਹੁਣ ਯੂਕੇ ਦੇ ਨਾਲ ਅਗਰ ਉਹ ਚਾਰ ਫਲਾਈਟਾਂ ਭੇਜਦੇ ਨੇ ਆਪਾਂ ਚਾਰ ਭੇਜਦੇ ਆਂ ਅਗਰ ਉਹ ਸੱਤ ਭੇਜਣਗੇ ਆਪਾਂ ਸੱਤ ਭੇਜਾਂਗੇ ਇਹ ਸਿਸਟਮ ਹੁੰਦਾ ਹੈ ਕੁਝ ਰੱਖਿਆ ਹੁੰਦਾ ਤਾਂ ਜਦੋਂ ਗਵਰਨਮੈਂਟ ਆਫ ਇੰਡੀਆ ਫੈਸਲਾ ਕਰੂ ਫੇਰ ਹੀ ਅਸੀਂ ਦੱਸ ਸਕਾਂਗੇ ਇਹ ਸਾਡੇ ਅਧਿਨ ਨਹੀਂ ਹੈ ਫਲਾਈਟਸ ਉਹ ਹੀ ਦੱਸਣਗੇ ਇਹ ਇਹ ਸਵਾਲ ਸੀ ਮਨਸੀ ਪੂਰੀ ਜੀ ਦਾ ਅੰਮ੍ਰਿਤਸਰ ਤੋਂ ਤੁਸੀਂ ਫੇਰ ਉਹ ਪੁੱਛਿਆ ਤੀਰਤ ਸ਼ਰਮਾ ਹైదరాబాద్ ਤੋਂ ਕਿ ਮੈਂ ਫਸਿਆ ਹੋਏ ਸਾਡੇ ਲੋਕ ਫਸੇ ਹੋਏ ਨੇ ਪੂਨਾ ਹైదరాబాద్ ਤੇ ਬੈਂਗਲੌਰ ਕਦੋਂ ਚੰਡੀਗੜ੍ਹ ਦੀ ਫਲਾਈਟ ਸ਼ੁਰੂ ਹੋ ਰਹੀਆਂ ਨੇ ਕੁਝ ਅੱਜ ਸ਼ੁਰੂ ਹੋ ਗਈਆਂ ਬੈਂਗਲੌਰ ਦੀ ਤਾਂ ਸ਼ੁਰੂ ਹੋ ਗਈ ਪੂਨਾ ਤੇ ਹైదరాబాద్ 2-4 ਦਿਨਾਂ ਚ ਇਹ ਵੀ ਸ਼ੁਰੂ ਹੋ ਜਾਣੀਆਂ ਆਹਸਤਾ ਆਹਸਤਾ ਇਹ ਫਲਾਈਟਾਂ ਇੰਟਰਨਲ ਆਪਣੀਆਂ ਫਲਾਈਟਾਂ ਸ਼ੁਰੂ ਹੋ ਰਹੀਆਂ ਨੇ ਦਰੂਪ ਜਨਜੀ ਦੇ 500 కుమార్ ਜੀ ਨੇ ਪੁੱਛਿਆ ਵਾਟ ਆਰ ਯੂਅਰ ਥੀਊਜ਼ ਔਨ ਫੋਰਨ 엘ਮੈਂਟਸ ਲਾਈਕ ਖਾਲਿਸਤਾਨ ਆਰਗੇਨਾਈਜੇਸ਼ਨ ਟਾਈਟ ਟੂ ਡਿਸਟਰਬ ਦ ਪੀਸ ਇਨ ਪੰਜਾਬ ਮੇਰਾ ਖਿਆਲ ਤੁਹਾਨੂੰ ਬੜਾ ਇਹ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਇਸੇ ਬਹੁਤ ਸਖਤ ਖਿਲਾਫ ਹਾਂ ਔਰ ਸਖਤ ਕਾਰਵਾਈ ਕਰੂੰਗਾ ਮੈਂ ਪੰਜਾਬ ਦੀ ਆਭਵਾ ਬਿਗੜਨੀ ਨਹੀਂ ਦੇਣੀ ਔਰ ਚਾਹੇ ਹਜੇ ਆਇਆ ਇੱਕ ਇੱਕ ਬੰਦਾ ਉਥੇ ਇਹ ਸਾਡੇ ਪੰਜਾਬ ਹਿੰਦੁਸਤਾਨ ਚ ਤੋਂ ਇਹ ਬੈਨ ਲੱਗੀ ਇਸ ਦੇ ਉੱਪਰ ਇਹ ਇਹ ਲੋ ਗਨੋ ਕੇ ਖਰਾਬ ਕਰਦਾ ਹੈ ਔਰ ਇਹ ਹੁਣ ਆਫ ਹੈ ਕਿ ਜਦੋਂ ਇਹਨਾਂ ਦਾ ਟਰੂਡੋ ਆਇਆ ਸੀ ਉਹਰੇ ਪ੍ਰਾਈਮ ਮਿਨਿਸਟਰ ਮੈਂ ਉਹਨੂੰ ਲਿਸਤ ਦਿੱਤੀ ਸੀ ਕਿ ਕਿਹੜੇ ਇਹ ਬਦਮਾਸ਼ੀ ਕਰਦੇ ਨੇ ਔਰ ਪੰਜਾਬ ਦੀ ਆਭਵਾ ਖਰਾਬ ਕਰਦੇ ਨੇ ਤੇ ਵਿੱਚ ਇਹਦਾ ਨਾਮ ਸੀ ਪਤਵੰਤ ਸਿੰਘ ਦਾ ਔਰ ਇਹ ਹੁਣ ਉੱਥੇ ਜਾ ਕੇ ਰੋੜਾ ਰੋੜਾ ਪਾ ਰਿਹਾ ਪਰ ਟਰੂਡੋ ਨੂੰ ਆਏ ਨੂੰ 2 ਸਾਲ ਹੋ ਗਏ ਨੇ ਪਤਾ ਨਹੀਂ ਹੁਣ ਤਾਂ ਇਹ ਸੁੱਤਾ ਪਿਆ ਸੀ ਉਹ ਕੁਝ ਪਰ ਇਹੀ ਇਹੀ ਬੰਦਾ ਹੈ ਜਿਹੜਾ ਸਾਡੇ ਬੰਗਾੜ ਪਾਉਣ ਦੀ ਕੋਸ਼ਿਸ਼ ਕਰਦਾ ਹੈ ਇਹ ਇਹ ਅਗਰ ਇਹ ਸਮਝਦਾ ਹੈ ਕਿ ਇਹ ਜਿਹੜੀ ਇੰਨੀ ਹਿੰਮਤ ਹੈ ਨਾ ਵੜ ਕੇ ਦੇਖੇ ਪੰਜਾਬ 'ਚ ਮੈਂ ਸਿੱਧਾ ਕਰਕੇ ਇਹਨੂੰ ਛੱਡੂਗਾ ਉੱਥੇ ਇਸ ਕਿਸਮ ਦੀ ਪੰਜਾਬ ਦੇ ਵਿੱਚ ਇੱਕ ਗੱਲ ਸੁਣ ਲਓ ਬਹੁਤ ਸਾਡਾ ਨੁਕਸਾਨ ਹੋਇਆ 14 ਸਾਲ ਅਸੀਂ ਇੱਥੇ ਭੁਗਦੇ ਆ ਪਤਾ ਨਹੀਂ ਕਿੰਨੇ ਲੋਕ ਮਰੇ ਨੇ ਕਿੰਨਾ ਇੱਥੇ ਨੁਕਸਾਨ ਆਰਥਿਕ ਤੌਰ ਤੇ ਹੋਇਆ ਕਿੰਨੇ ਪੁਲਿਸ ਵਾਲੇ ਮਰੇ ਨੇ ਕਿੰਨੇ ਆਮ ਜਨਤਾ ਮਰੀ ਹੈ ਥੋੜਾ ਕਹਿਣ ਮੈਂ ਹੁਣ ਦੇਉਂਗਾ ਇਹਨੂੰ ਪਤਵੰਤ ਪੁਨ ਇਹਨਾਂ ਨੂੰ ਇਹ ਜੇ ਇਹ ਜੇ ਬੰਦਿਆਂ ਨੂੰ ਉਰੇ ਵੜ ਕੇ ਕੁਝ ਕਰਨ ਦਾ ਬਿਲਕੁਲ ਨਹੀਂ ਆਉਣਾ ਕੋਈ ਇੱਥੇ ਗੜਬੜ ਕਰਨ ਦੀ ਕੋਸ਼ਿਸ਼ ਕਰੇ ਚਾਹੇ ਪਾਕਿਸਤਾਨ ਕਰੇ ਚਾਹੇ ਇਹ ਕਰਨ ਚਾਹੇ ਲੋਕ ਹੁਣ ਆਪਣੇ ਆਪ ਕੋਸ਼ਿਸ਼ ਗੁੰਡਾਗਰਦੀ ਜਾਵੇ ਇੱਥੇ ਕਰਦੇ ਨੇ ਸਾਰਿਆਂ ਨੂੰ ਅਸੀਂ ਚੰਗੀ ਤਰ੍ਹਾਂ ਇਹਨਾਂ ਨੂੰ ਅੰਦਰ ਸਿੱਧਾ ਕਰਾਂਗੇ ਇਹ ਸਮਝ ਲੈਣ ਇਹਨਾਂ ਦੇ ਟੈਰਰਿਸਟ ਮੋਡਿਊਲਸ ਮੈਂ ਬਹੁਤ ਤੋੜ ਚੁੱਕੇ ਹੋ ਰਹੇ 32 ਦੇ ਕਰੀਬ ਅਸੀਂ ਟੈਰਰਿਸਟ ਮਾਡਲ ਚੁੱਕੇ ਨੇ ਕੋਈ 2 200 ਦੇ ਕਰੀਬ ਕਹਿੰਦੇ ਨੇ ਹਥਿਆਰ ਫੜੇ ਨੇ ਅਸੀਂ ਔਰ ਸਾਰਿਆਂ ਨੂੰ ਫੜ ਕੇ ਅਸੀਂ ਸਿੱਧਾ ਕਰ ਰਹੇ ਹਾਂ ਅਸੀਂ ਅਸੀਂ ਦੀ ਕੋਈ ਗੱਲ ਨਹੀਂ ਇਹ ਨਾ ਸਮਝਣ ਇੱਥੇ ਕਿ ਪੰਜਾਬ ਇਹ ਇੱਥੇ ਆ ਕੇ ਤੁਸੀਂ ਜੋ ਜੀ ਕਰਦਾ ਤੁਸੀਂ ਕਰੀ ਚੱਲੋ ਅਸੀਂ ਸਾਰੇ ਸਾਡੇ ਸਕਿਉਰਿਟੀ ਸਰਵਿਸਿਜ਼ ਤਿਆਰ ਬੈਠੀਆਂ ਨੇ ਬਾਰਡਰ ਤੇ ਬੈਠੀ ਐ ਬੀਐਸਐਫ ਉਹਦੇ ਮਗਰ ਅਸੀਂ ਬੈਠੇ ਆ ਸਾਡੇ ਮਗਰ ਬੈਠੀ ਆ ਫੌਜ ਹੁਣ ਗੜਬੜ ਕਰਾ ਕੇ ਦੇਖਣ ਦਿਖਾਉਣ ਮੈਨੂੰ ਫਿਰ ਕੋ ਸਿੱਧਾ ਕਰਾਂਗੇ ਉਹਨਾਂ ਨੂੰ ਤੁਸੀਂ ਫਿਰ ਮੈਨੂੰ ਇਹ ਕਿਹਾ ਕਿ ਕਈ ਸਬਜ਼ੀਆਂ ਮੰਡੀਆਂ ਦੇ ਵਿੱਚ ਕੁਆਰੰਟਾਈਨ ਵਗੈਰਾ ਦਾ ਕੀ ਕਰਨ ਕਿ ਟ੍ਰੈਫਿਕ ਕੰਟਰੋਲ ਨਹੀਂ ਹੈ ਉਹ ਮੈਂ ਪੁਲਿਸ ਵਾਲਿਆਂ ਨੂੰ ਦੱਸਾਂ ਕਿ ਸਬਜ਼ੀ ਮੰਡੀਆਂ ਦੇ ਵਿੱਚ ਜਦ ਜ਼ੋਰ ਹੁੰਦਾ ਸਵੇਰ ਦੇ ਵੇਲੇ ਉਹ ਧਿਆਨ ਰੱਖਣ ਤਾਂ ਕਿ ਉੱਥੇ ਸੋਸ਼ਲ ਡਿਸਟੈਂਸਿੰਗ ਦਾ ਪ੍ਰਬੰਧ ਹੋ ਸਕੇ ਸਪੂਰੀਅਸ ਲਿਕਰ ਅਲਕੋਹਲ ਪੰਜਾਬ ਦੇ ਵਿੱਚ ਮੈਨੂਫੈਕਚਰਿੰਗ ਆ ਇਹ ਹੁੰਦਾ ਹੈ ਹਰ ਵੇਲੇ ਜਦ ਕਰੇ ਬੈਨ ਲੱਗ ਜਾਂਦੇ ਹਨ ਚਾਹੇ ਅਮਰੀਕਾ ਦਾ ਇਤਿਹਾਸ ਦੇਖ ਲਓ ਇਹ ਕਿਤੇ ਦਾ ਵੀ ਦੇਖ ਲਓ ਉਦੋਂ ਲੋਕ ਇਹ ਗੜਬੜ ਕਰਾਉਣ ਦੀ ਕਰਨ ਦੀ ਕੋਸ਼ਿਸ਼ ਕਰਦੇ ਨੇ ਹੁਣ ਜਦ ਸਾਡਾ ਬੈਨ ਲੱਗ ਗਿਆ ਸੀ ਕਿ ਲਿਕਰ ਦੀ ਸੇਲ ਨਹੀਂ ਹੋਣੀ ਲਿਕਰ ਫੈਕਟਰੀਆਂ ਨਹੀਂ ਚੱਲ ਸਕਦੀਆਂ ਆਹ ਹੈ ਤੁਹਾਡਾ ਆંકੜੇ ਦੇਖ ਲਓ ਪੰਜਾਬ ਕੀ ਹੋ ਰਿਆ ਸੀ ਕਿ ਅਸੀਂ ਇਲਿicit ਲਿਕਰ ਸਾਰਾ ਪੰਜ ਤੋਂ ਲੈ ਕੇ 25 ਪੰਜ ਤੱਕ ਅਸੀਂ ਐਫ ਆਈ ਆਰ 1729 ਕੀਤੀਆਂ ਨੇ ਜਿਹੜੇ ਬੰਦੇ पकड़े ਗਏ ਨੇ ਅਰੈਸਟ ਹੋਏ ਨੇ ਔਰ ਅੰਦਰ ਜੇਲ੍ਹ ਚ ਨੇ 1360 ਔਰ ਜਿੰਨੀ ਇਲਿicit ਲਿਕਰ ਹੈ ਜੋ ਦੇਸੀ ਲਿਕਰ ਬਣਾਉਂਦੇ ਨੇ 16583 ਲੀਟਰ ਇਹ ਅਸੀਂ ਪਕੜਿਆ ਜਿਹੜੇ ਆਮ ਵਿਸਕੀਆਂ ਉਸਕੀਆਂ ਬੰਦੀਆਂ ਨੇ ਪਤਾ ਨਹੀਂ ਅਸਲੀ ਹੈ ਜਾਂ ਇਹ ਭਰ ਕੇ ਅੰਦਰ ਅੰਦਰ ਭਰ ਦਿੰਦੇ ਨੇ ਉਹ 62470 ਲੀਟਰ ਅਸੀਂ ਇਹ ਫੜੀ ਹੈ ਔਰ ਲਾਹਣ ਕਿਲੋਆਂ ਦੇ ਵਿੱਚ 47371 ਆ ਤਾਂ ਤੁਸੀਂ ਇੱਥੇ ਕਰਦੇ ਔਰ ਔਰ ਜਿਹੜੇ ਉਹ ਪੁਲਿਸ ਨੇ ਇਹ ਦੇਖਿਆ ਜਿੱਥੇ ਪੱਠਿਆਂ ਦੇ ਵਿੱਚ ਆਪਣੇ ਬਣਾਈ ਜਾਂਦੇ ਨੇ ਸ਼ਰਾਬ ਉਹ 97 ਪੱਠੇ ਜਿਹੜਾ ਨੇ ਫੜ ਕੇ ਉੱਥੇ ਉੱਠ ਕੇ ਤਾਂ ਇਸ ਕਿਸਮ ਦਾ ਤਾਂ ਥੋੜਾ ਕੰਮ ਹੋ ਰਿਹਾ ਸੀ ਜਦੋਂ ਇਹ ਹੁੰਦਾ ਉਦੋਂ ਜਦੋਂ ਕੋਈ ਇਹ ਗੱਲ ਹੋਏ ਹੁਣ ਇਹ ਬਿਲਕੁਲ ਸਖਤੀ ਨਾਲ ਅਸੀਂ ਲੱਗੇ ਹੋਏ ਆਂ ਔਰ ਮੈਂ ਤੁਹਾਨੂੰ ਪੂਰਾ ਭਰੋਸਾ ਦਿੰਦਾ ਕਿ ਇੱਥੇ ਕੋਈ ਇੱਥੇ ਕੋਈ ਅਜਿਹੀ ਗੱਲ ਨਹੀਂ ਹੋਣੀ ਇਹ ਗੱਲ ਜ਼ਰੂਰ ਹੈ ਕਿ ਬਾਅਦਲੇ ਸਵੇਰ ਤੋਂ ਇੱਥੇ ਹੋਣ ਦੀ ਕੋਸ਼ਿਸ਼ ਹੁੰਦੀ ਹੈ ਕਿਉਂਕਿ ਪੰਜਾਬ ਦੀ ਸ਼ਰਾਬ ਮਹਿੰਗੀ ਹੈ ਕੁਝ ਕਦੇ ਇਹ ਮਾਰ ਚਲਤੋਂ ਚੰਡੀਗੜ੍ਹ ਤੋਂ ਹਰਿਆਣਾ ਤੋਂ ਰਾਜਸਥਾਨ ਤੋਂ ਕਦੇ ਕਦੇ ਉਧਰੋਂ ਆ ਜਾਂਦੀ ਹੈ ਅਸੀਂ ਹੁਣ ਉੱਥੇ ਬਹੁਤ ਸਖਤੀ ਕਰ ਰਹੇ ਹਾਂ ਕੋਈ ਇਹਦਾ ਸਮਗਲ ਕਰਨ ਦੀ ਕੋਸ਼ਿਸ਼ ਕਰੂ ਉਹ ਫਿਰ ਅਸੀਂ ਬੜੀ ਸਖਤੀ ਨਾਲ ਉਹਨਾਂ ਦੇ ਨਾਲ ਵਰਤਾਓ ਕਰਾਂਗੇ ਸਦਜ ਜੀ ਨੇ ਕਲਕੱਤੇ ਤੋਂ ਕਿ ਵਾਟ ਵੀਲੂ ਸੇ ਅਬਾਟ ਸਟੈਂਡ ਆਫ ਬੀਟਨ ਇੰਡੀਆ ਐਂਡ ਚਾਇਨਾ ਜੋ ਚੀਨ اور ਹਿੰਦੁਸਤਾਨ ਦੇ ਨਾਲ ਇਹ ਉੱਪਰਲੇ ਪਾਸੇ ਉਹਨਾਂ ਨੂੰ ਉਧਰ ਫਿਕਰ ਹੈ ਕਿਉਂਕਿ ਉਧਰ ਅਰੁਣਾਚਲ ਵਿੱਚ ਕੁਝ ਹੋ ਰਿਹਾ ਹੈ ਔਰ ਸਾਨੂੰ ਇਹਦਰ ਫਿਕਰ ਹੈ ਕਿ ਕਿਉਂਕਿ ਇਹਦਰ ਸਾਡੇ ਕਸ਼ਮੀਰ ਦੇ ਕੋਲ ਐਕਸਾਈਟਿੰਗ ਵਗੈਰਾ ਵਿਛੋੜਿਆ ਇੱਕ ਗੱਲ ਇਹ ਦੇਖ ਲਓ ਅੱਜ ਅਸੀਂ ਕਿਸੇ ਦੁਨੀਆ ਦੇਸ਼ ਤੇ ਨਾਲ ਕੋਈ ਲੜਾਈ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਆ ਕਿ ਆਪਣੇ ਹਾਲਾਤ ਸੁਧਰਨ ਔਰ ਆਪਾਂ ਆਪਣੇ ਕੰਮ ਕਰੀਏ ਉਹ ਆਪਣਾ ਕੰਮ ਕਰਨ ਲੇਕਿਨ ਅਗਰ ਇਹ ਇਹ ਜੀ ਗੱਲਾਂ ਕਰਦੇ ਨੇ ਕਿ ਤੇ ਅਸੀਂ ਬਣਾ ਰਹੇ ਆਪਣੀ ਪੋਂਗੋਂਗਸੋ ਦੇ ਕੋਲ ਔਬ ਚੂਸ਼ੂਲ ਦੇ ਕੋਲ ਅਸੀਂ ਬਣਾਉਨੇ ਆਪਣੀ ਇੱਕ ਸੜਕ ਉਹਨਾਂ ਨੂੰ ਕੀ ਤਕਲੀਫ ਹੈ ਇਸ ਕੰਮ ਚ ਚਲੋ ਉਹਨਾਂ ਨੇ ਸਾਡੇ ਏਰੀਆ ਚ ਅਕਸਾਈਟ ਚਿੰਦੇ ਵਿੱਚ ਇਹ ਸਭ ਕੁਝ ਸਾમી ਬੈਠੇ ਨੇ ਔਰ ਸੜਕਾਂ ਬਣਾ ਰਹੇ ਨੇ ਸਾਡੀ ਏਰੀਆ ਚੋਂ ਬਣਾ ਰਹੇ ਨੇ ਉਹ ਅਸੀਂ ਉਹਨਾਂ ਨੂੰ ਕਹਿੰਦੇ ਰਹਿੰਦੇ ਆ ਉਹ ਕੋਈ ਸੁਣਦੇ ਨਹੀਂ ਲੇਕਿਨ ਅਸੀਂ ਇੱਕ ਸੜਕ ਬਣਾਉਣੀ ਹੈ ਉਹਨਾਂ ਨੂੰ ਤਕਲੀਫ ਹੋ ਰਹੀ ਹੈ ਕੋਈ ਕਿਸੇ ਦੀ ਤੋਂ ਆਪਾਂ ਜੈਸੇ ਅਗਰ ਡਿਪਲੋਮੈਟਿਕ ਤਰੀਕੇ ਨਾਲ ਇਹਦਾ ਕੋਈ ਸਮਝੌਤਾ ਹੋ ਸਕਦਾ ਤਾਂ ਬੜੀ ਅੱਛੀ ਗੱਲ ਹੈ ਹੋ ਜੇ ਅਸੀਂ ਨਹੀਂ ਚਾਹੁੰਦੇ ਕਿ ਝਗੜਾ ਹੋਏ ਲੇਕਿਨ ਆਪਾਂ ਪਿਠਵੀ ਨਹੀਂ ਦਿਖਾਉਣੀ ਔਰ ਇਹ ਚੀਨੀਆਂ ਨੂੰ ਪਤਾ ਹੋਣਾ ਚਾਹੀਦਾ ਕਿ ਇੱਕ ਵਾਰ ਹੋ ਗਿਆ ਸੋ ਹੋ ਗਿਆ 1962 ਹਿੰਦੁਸਤਾਨ ਦੀ ਫੌਜ ਨੂੰ ਬਿਲਕੁਲ ਤਿਆਰ ਬੈਠੀ ਹੈ ਤਾਂ ਐ ਸਾਡੇ ਨਾਲ ਪੰਗਾ ਨਾ ਲਾਓ। ਲੇਕਿਨ ਜੈਸੇ ਮੈਂ ਨੇ ਕਿਹਾ ਅਸੀਂ ਜੰਗਰੀ ਚੌਂਦੇ। ਲੇਕਿਨ ਅਗਰ ਅਹੀਂ ਕਰਦੇ ਰਹੇ ਫਿਰ ਸਾਡੇ ਕੋਲ ਕੋਈ ਹੋਰ ਚਾਰਾ ਨਹੀਂ ਰਹਿਣਾ। ਇਸ ਕਰਕੇ ਤੁਸੀਂ ਵੀ ਸੁਧਰੋ ਔਰ ਤੁਸੀਂ ਸੁਧਰ ਕੇ ਸਾਡੇ ਨਾਲ ਗੱਲਬਾਤ ਕਰੋ ਔਰ ਇਹਦਾ ਹੱਲ ਕੱਢੀਆ ਆਪਾਂ ਕੁਝ। ਇਹ ਹੁਣ ਬੜੀ ਅਜੀ ਗਾਲੇ ਤੁਸੀਂ ਪੁੱਛੀਆ ਮੈਨੂੰ ਗਗਨਦੀਪ ਜੀ ਹੁਸ਼ਿਆਰਪੁਰ ਨਾਲ ਕਿ ਅਕਾਲੀਰਾਲ ਕਹਿੰਦਾ ਕਿ ਅਸੀਂ ਬਿਜਲੀ ਪਾਣੀ ਪਾਣੀ ਤੇ ਮੋਦੀ ਮੋਟਰਾਂ ਤੇ ਬਿੱਲ ਲਾਵਾਂਗੇ ਇਹ ਅਕਾਲੀ ਦਲ ਦੀ ਆਦਤ ਹੀ ਹੈ ਝੂਠ ਫੋਲਣ ਦੀ ਜਦੋਂ ਪਿਛਲੀ ਸਰਕਾਰ ਸੀ ਮੇਰੇ ਉਦੋਂ ਵੀ ਇਹਨਾਂ ਨੇ ਕਰਤੀ ਕਿ ਜੀ ਕਾਂਗਰਸ ਨੇ ਤਾਂ ਬਿੱਲ ਲਾ ਦੇਣੇ ਨੇ ਹੁਣ 3 ਸਾਲ ਸਾਨੂੰ ਹੋ ਗਏ ਹੁਣ ਰੋਜ਼ ਹੀ ਕਹੀ ਜਾਂਦੇ ਨੇ ਬਿੱਲ ਲਾਉਣਗੇ ਜੀ ਬਿੱਲ ਲਾਉਣਗੇ ਜੀ ਅਸੀਂ ਕਿਉਂ ਬਿੱਲ ਐਸੇ ਕਮਲੇ ਆ ਕੋਈ ਕਿ ਬਿੱਲ ਲਾ ਦੀ ਆਪਣੇ ਕਿਸਾਨਾਂ ਦੇ ਉੱਪਰ ਜਦੋਂ ਸਾਨੂੰ ਪਤਾ ਹੈ ਕਿ ਹਾਲਾਤ ਕਿ ਇੱਥੇ ਬਣੇ ਬਣੇ ਹੋਏ ਨੇ ਇਹ ਬਿਲਕੁਲ ਕੋਈ ਬਿੱਲ ਨਹੀਂ ਸਾਡਾ ਪੰਜਾਬ ਦੇ ਉੱਪਰ ਕਿਸੇ ਕਿਸਾਨ ਦੇ ਉੱਪਰ ਲੱਗਣਾ ਕੋਈ ਟਿਊਬਵੈੱਲ ਦੇ ਉੱਪਰ ਨਹੀਂ ਲੱਗਣਾ ਇਹਨਾਂ ਇਹਨਾਂ ਨੂੰ ਆਦਤ ਹੈ ਬੋਲਣ ਦੀ ਤੁਸੀਂ ਇਹਨਾਂ ਦੀ ਆਦਤ ਵਿੱਚ ਨਾ ਪਾਓ ਇਹਨਾਂ ਇਹਨਾਂ ਸੁਣ ਸੁਣਦੇ ਰਹੋ ਔਰ ਉਹਨਾਂ ਨੂੰ ਕਹਦੇ ਹੋ ਕਿ ਤੁਸੀਂ ਝੂਠ ਬੋਲ ਰਹੇ ਹੋ ਮੈਂ ਬੈਠਾ ਹਾਂ ਉਹ ਇਹ ਦੇਖਾਂਗੇ ਕਿ ਕੌਣ ਵੇਲ ਇੱਥੇ ਲਾਉਂਦਾ ਹੈ ਔਰ ਇਹ ਗੱਲਾ ਬਿਲਕੁਲ ਅਬ ਸਾਨੂੰ ਨਹੀਂ ਪਤਾ ਕਿ ਸਾਡੀ ਕਿਸਾਨੀ ਕਿਸ ਗਰੀਬੀ ਦੇ ਵਿੱਚ ਬੈਠੀ ਹੈ ਸਾਡੇ ਤਕਰੀਬਨ 70 ਫੀਸਦੀ ਦੇ ਕੋਲ ਸਾਡੇ 5 ਕਿੱਲੇ ਤੋਂ ਘੱਟ ਦੇ ਮਾਲਕ ਨੇ ਮਸਾ ਆਪਣੀ ਰੋਟੀ ਖਾਂਦੇ ਨੇ ਮੱਚੇ ਬੱਚਿਆਂ ਨੂੰ ਰੋਟੀ ਖਵਾਉਂਦੇ ਨੇ ਉਹਨਾਂ ਤੇ ਹੁਣ ਕੈਸੇ ਅਸੀਂ ਬਿੱਲ ਲਾ ਦਈਏ ਤਾਂ ਇਹ ਨਾਲਾ ਤੇ ਤੁਸੀਂ ਨਾ आओ ਇਹ ਜ਼ਰੂਰ ਹੈ ਕਿ ਅਸੀਂ ਜਿਹੜੀ ਇਹ ਗਵਰਨਮੈਂਟ ਆਫ ਇੰਡੀਆ ਨੇ ਕੰਡੀਸ਼ਨ ਲਾਇਆ ਜਿਹੜਾ ਲੋਨ ਦੇਣ ਦਾ ਕਿ ਇਹਦੇ ਕੁਝ ਬਿੱਲ ਕਰਨੇ ਚਾਹੁੰਦੇ ਨੇ ਤਾਂ ਪਰ ਉਹ ਸਾਡੀ ਮਰਜ਼ੀ ਅਸੀਂ ਲਾਈਏ ਅਸੀਂ ਨਾ ਲਈਏ ਜਿੱਤੇ ਤਾਂ ਹੀ ਸਵਾਲ ਕਰਨ ਦੀ ਗੱਲ ਹੈ ਤੁਸੀਂ ਉਹਨੂੰ ਕਰੋ ਉਹਨਾਂ ਨੂੰ ਕਰੋ ਕਿ ਤੁਸੀਂ ਆਪਣਾ ਆਪਣੇ ਵਜ਼ੀਰ ਬਿਠਾਏ ਹੋਏ ਨੇ ਉੱਥੇ ਦਿੱਲੀ ਦੀ ਸਰਕਾਰ ਵਿੱਚ ਜਿਹੜਾ ਫੈਸਲਾ ਕਰਦੀ ਹੈ ਕਿ ਇੱਥੇ ਬਿੱਲ ਲਾਓ ਔਰ ਕਿਆ ਕਰ ਰਹੀ ਹੈ ਹਰ ਸਿਮਰਤ कौर ਕਿਉਂ ਬੈਠੀ ਹੈ ਉੱਥੇ ਉਹ ਕਿਉਂ ਨਹੀਂ ਬੋਲਦੀ ਕੈਬਨਿਟ ਦੇ ਵਿੱਚ ਉਹ ਕਿਉਂ ਨਹੀਂ ਕਹਿੰਦੀ ਕਿ ਅਸੀਂ ਬਿੱਲ ਨਹੀਂ ਅਸੀਂ ਲਗਾਉਣ ਦੇਵਾਂਗੇ ਉਹ ਤਾਂ ਕਹਿਣਾ ਨਹੀਂ ਜਿਹੜੇ ਅਸੀਂ ਨਹੀਂ ਕਰਨ ਲੱਗੇ ਉਹ ਕਹਿਣਾ ਜੀ ਕਾਂਗਰਸ ਪਾਰਟੀ ਲਾਉਗੀ ਜੀ ਬਿੱਲ ਤੋ ਇਹ ਜਿਹੜੀਆਂ ਗੱਲਾਂ ਸੈਂਟਰ ਦੀਆਂ ਇਹ ਜੀ ਚੀਜ਼ਾਂ ਨੇ ਇਹ ਲੋਕਾਂ ਨੂੰ ਤੁਸੀਂ ਸਦਾ ਵਾਸਤੇ ਗੁੰਮਰਾਹੀ ਕਰ ਸਕਦੇ ਇੱਕ ਵਾਰ ਕਰ ਲੋ ਦੋ ਵਾਰ ਕਰ ਲੋ ਸਦਾ ਹੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰੀ ਜਾਂਦੇ ਨੇ ਤੋ ਇਹ ਗੱਲਾਂ ਤੁਸੀਂ ਛੱਡੋ ਕੋਈ ਬਿਲ ਨਹੀਂ ਲੱਗੇਗਾ ਔਰ ਇੱਥੇ ਅਸੀਂ ਬਿਲਕੁਲ ਆਪਣਾ ਜਿਵੇਂ ਪਹਿਲਾਂ ਚੱਲਦੇ ਰਹੇ ਐਂ ਚੱਲੂਗਾ ਕੰਮ ਅਗਰ ਉਹਨਾਂ ਨੇ ਸਾਨੂੰ ਇਹ ਕੰਡੀਸ਼ਨ ਲਾਈ ਹੈ ਤਾਂ ਜਿਹੜੀ ਕੰਡੀਸ਼ਨ ਲੱਗਣੀ ਹੈ ਜਿੰਨਾ ਹਿੱਸੇ ਦਾ ਕੰਡੀਸ਼ਨ ਲੱਗਣਾ ਹੈ ਅਸੀਂ ਨਹੀਂ ਮੰਨਾਂਗੇ ਉਸ ਨੂੰ ਉਹ ਉਹਨਾਂ ਦੀ ਮਰਜ਼ੀ ਹੈ ਫਿਰ ਉਸ ਤੋਂ ਬਾਅਦ ਸਾਨੂੰ ਆਜ਼ਾਦ ਦੇ ਦੇਣ ਜਾਂ ਨਾ ਦੇਣ। ਏ ਟਿੱਡੀਆਂ ਦਾ ਜਿਹੜਾ ਕੰਮ ਹੈ ਮਸਲਾ ਤੁਸੀਂ ਮੈਨੂੰ ਪੁੱਛਿਆ ਹੈ ਵਿਕਰਮ ਸਿੱਧੂ ਰਜੋੜਾ ਗੌਰਵ ਤੇ ਵਿਭੂਤੀ ਭੂਸ਼ਨ ਨੇ ਕਿ ਇਹ ਟਿੱਡੀਆਂ ਦੇ ਉੱਪਰ ਤੁਸੀਂ ਕੀ ਕਰ ਰਹੇ ਹੋ ਦੇਖੋ ਇਹ ਟਿੱਡੀਆਂ ਦਾ ਬਹੁਤ بڑا ਬਲੂਚਿਸਤਾਨ ਦੇ ਵਿੱਚ ਇਹਨਾਂ ਨੇ ਜਨਮ ਲੇਤਾ ਔਰ ਉਧਰੋਂ ਇਧਰ ਨੂੰ ਆ ਗਏ। ਇਹ ਆ ਗਏ ਸੇ ਸੰਗਰੀਆ ਤੱਕ। ਸੰਗਰੀਆ ਤੋਂ ਕੱਲ ਉਹ نیچے ਨੂੰ ਚਲੇ ਗਏ ਔਰ ਮੱਧ ਪ੍ਰਦੇਸ਼ ਦੀ ਤਰਫ। ਪਰ ਅਸੀਂ ਤਿਆਰੀ ਰੱਖੀ ਹੈ ਸੱਤ ਜਿਲ੍ਹਿਆਂ ਜੋ ਬਿਲਕੁਲ ਨੀਚੇ ਰਾਜਸਥਾਨ ਤੇ ਹਰਿਆਣੇ ਦੇ ਨਾਲ ਲੱਗਦੇ ਨੇ ਸਾਰਿਆਂ ਦੇ ਵਿੱਚ ਸਾਡੇ ਕੋਲ ਤਿਆਰੀ ਹੈ ਦਵਾਈਆਂ ਛੜਕਾਉਣ ਵਾਲੀਆਂ ਮਸ਼ੀਨਾਂ ਮਸ਼ੂਨਾ ਸਭ ਕੁਝ ਤਿਆਰ ਪਿਆ ਅਗਰ ਬਾਈਚਾਂਸ ਆ ਜਾਣ ਅਸੀਂ ਕਾਬੂ ਕਰਾਂਗੇ ਲੇਕਿਨ ਇਸ ਵੇਲੇ ਵਾਇਰਸ ਦੀ ਕਿਰਪਾ ਨਾਲ ਆਪਣੇ ਵੱਲ ਨਹੀਂ ਆ ਰਹੇ ਉਧਰ ਨੂੰ ਜਾ ਰਹੇ ਨੇ ਤੇ ਉਹਨਾਂ ਦੇ ਜਿਹੜੇ ਸੂਬੇ ਨੇ ਉਹ ਆਪਣਾ ਪ੍ਰਬੰਧ ਉੱਥੇ ਕਰ ਰਹੇ ਨੇ ਇਸ ਦਾ ਇਹ ਫਿਰ ਗੋਬਿੰਦ ਜੀ ਨੇ ਕਪੂਟਰੇ ਤੋਂ ਬਿਲ ਦੇ ਬਾਰੇ ਪੁੱਛਿਆ ਬਿਜਲੀ ਦੇ ਬਿਨਾਂ ਦਾ ਉਹ ਮੈਂ ਤੁਹਾਨੂੰ ਦੱਸ ਚੁੱਕਿਆ ਦੁਬਾਰਾ ਦੱਸਣ ਦੀ ਲੋੜ ਨਹੀਂ ਉਸ ਦੀ ਇਹ ਸਾਡਾ ਕੋਈ ਬਿੱਲ ਨਹੀਂ ਲੱਗੇਗਾ ਇੱਥੇ ਐਗਰੀਕਲਚਰ ਫੰਟਾਕ ਤੁਸੀਂ ਇੱਥੋਂ ਜਵਾਰਪੁਰ ਇੱਥੇ ਸਾਡੇ ਗਵਾਂਢੀ ਹੋ ਤੁਸੀਂ ਪਿੰਡ ਗਵਾਰਪੁਰ ਆਪਣੇ ਮੋਹਾਲੀ ਦੇ ਵਿੱਚ ਹੀ ਡੇਰਾ ਬਸੀ ਦੇ ਏਰੀਆ 'ਚ ਔਰ ਤੁਸੀਂ ਮੈਨੂੰ ਕਿਹਾ ਇਹ ਕਿਹਾ ਕਿ ਸਾਡੇ 50 ਕੇਸ ਸਾਡੇ ਹੋ ਚੁੱਕੇ ਨੇ ਬੜਵਾਈ ਰੂਹ ਦੀ ਕਿਰਪਾ ਨਾਲ ਸਾਰੇ ਠੀਕ ਨੇ ਇਹ ਵੀ ਤੁਸੀਂ ਕਿਹਾ ਕਿ ਆਪ ਲੋਕੋ ਕੋ ਬੋ ਲੋ ਕਿ ਕੋਰੋਨਾ ਸੇ ਡਰੇ ਧਨੇਮਤ ਸਰਕਾਰ ਕੀ ਜੋ ਹਦਾਇਤਾਂ ਹੈ ਉਸ ਤੇ ਪਾਲਣ ਕਰੋ ਉਹ ਕਹਿੰਦੇ ਨੇ ਕਿ ਡਰੋ ਨਹੀਂ ਮੈਨੂੰ ਹੋ ਚੁੱਕਿਆ ਮੈਂ ਠੀਕ ਹੋ ਗਿਆ ਪਰ ਕਰੋ ਤੁਸੀਂ ਉਹੀ ਗੱਲਾਂ ਜੋ ਸਰਕਾਰ ਕਹਿੰਦੀਆਂ ਨੇ ਸੋਸ਼ਲ ਡਿਸਟੈਂਸਿੰਗ ਹੱਥ ਧੋਣਾ ਜੋ ਡਾਕਟਰ ਪੈ ਵਗੈਰਾ ਕਹਿੰਦੇ ਨੇ ਇੱਕ ਕੁਲਵਿੰਦਰ ਸੈਣੀ ਹੈ ਡੇਰਾ ਬਸੀ ਤੋਂ ਇੱਕ ਹੋਰ ਆਇਆ ਉਹਨਾਂ ਤੋਂ ਇਥੋਂ ਜਸਪ੍ਰੀ ਜਸਕ੍ਰੀਤ ਭੜਵਾ ਜੀ ਮੈਂ ਇੱਕ కెਮਿਸਟਰੀ ਦਾ ਲੈਕਚਰਰ ਆ కెਮਿਸਟਰੀ ਮੈਂ ਪੜਾਉਣਾ ਹੈ ਮੈਂ ਆਨਲਾਈਨ ਕਲਾਸੇ ਲੈਣਾ ਹੈ ਮੈਂ ਬੜਾ ਖੁਸ਼ ਹੈ ਜਿਹੜੇ ਤੁਸੀਂ ਕਦਮ ਉਠਾਏ ਨੇ ਤੇ ਇਹ ਅਸੀਂ ਸਾਰੇ ਬਿਲਕੁਲ ਠੀਕ ਹੈ ਸਾਡੇ ਜਿਹੜੇ ਜਿਨਾਂ ਨੂੰ ਹੋ ਗਿਆ ਸੀ ਕੋਰੇ ਉਹਨੂੰ ਵੀ ਚੰਗ ਠੀਕ ਹੋ ਗਏ ਤੁਸੀਂ ਫੇਰ ਇਹ ਪੁੱਛਿਆ ਮੈਨੂੰ ਕਿ ਕਦੋਂ ਇਹ ਇਹ ਪੁੱਛਿਆ ਮੈਨੂੰ ਮਾਨਿਕ ਨੇ ਨੀਰਜ ਸ਼ਰਮਾ ਚੇਤਨ ਸ਼ਰਮਾ ਜਗENDER ਔਰ ਕਰਨ ਕਰਨ ਨਾਗਰਾ ਔਰ ਪ੍ਰਭਜੋਤ ਸਿੰਘ ਕਿ 10ਵੀਂ ਦੇ ਡਿਕਲੇਅਰ ਕਰ ਲੋ ਕਰੋਗੇ ਡਿਕਲੇਅਰ ਤਾਂ ਅਸੀਂ ਕਰ ਹੀ ਦਿੱਤੇ ਕਿ ਨਾ 5ਵੀਂ ਨਾ 8ਵੀਂ ਨਾ 10ਵੀਂ ਦੇ ਕੋਈ ਤੁਹਾਨੂੰ ਇਮਤਿਹਾਨ ਕਰਨ ਦੀ ਲੋੜ ਨਹੀਂ ਜੋ ਤੁਹਾਡੇ ਸਰਟੀਫਿਕੇਟ ਹੈ ਉਹ ਸਰਟੀਫਿਕੇਟ ਤੁਹਾਨੂੰ ਬਣ ਕੇ ਸਾਡੀ ਡਿਪਾਰਟਮੈਂਟ ਆਫ ਐਜੂਕੇਸ਼ਨ ਦੇਖ ਲੇਗੀ ਕਿ ਤੁਹਾਨੂੰ ਇਹ ਇਹ ਪਹੁੰਚਾ ਫਿਰ ਤੁਸੀਂ ਕਿਰਕੁਲੀਪ ਕੋਰਿਜਨਲ ਉਧਿਆਨ ਹੈ ਉਹ ਕਿਹਾ ਕਿ ਕੁਝ ਸਕੂਲ ਖੁੱਲਣ ਲੱਗੇ ਨੇ ਇਹ ਬਿਲਕੁਲ ਨਹੀਂ ਖੁੱਲਣਗੇ ਜੋ ਹੁਕਮ ਹੈ ਸਰਕਾਰ ਦਾ ਉਹ ਮੰਨਣਗੇ ਇਹ ਸਕੂਲ ਔਰ ਮੈਂ ਡੈਪਟੀ ਕਮਿਸ਼ਨਰ ਨੂੰ ਸੁਨੇਹਾ ਭੇਜ ਰਿਆ ਕਿ ਚੈੱਕ ਕਰਨ ਖਾਸ ਕਰਕੇ ਲੁਧਿਆਣਾ ਜਿੱਥੇ ਤੁਸੀਂ ਪੁੱਛਿਆ ਕਿ ਕਿਹੜੇ ਸਕੂਲ ਖੁੱਲੇ ਨੇ ਇਹਨਾਂ ਦੇ ਫਾਈਲ ਕਰਾ ਦੇਸੀ ਅਸੀਂ ਇਹਨਾਂ ਇਨਚਲ ਐਨ ਇਅਰ ਸੇ ਹੋ ਗਏ ਨਾ ਫਿਰ ਗੁਰਾ ਮਹਿਲ ਪਾਈ ਬਠਿੰਡਾ ਉਹਨੇ ਕਹਿ ਕੇ ਜਿਹੜਾ ਤੁਸੀਂ ਕੋਵਿਡ 19 ਦਾ ਤੁਸੀਂ ਬੜਾ ਬੰਦਿਆ ਕੰਮ ਕੀਤਾ ਹੈ ਮੈਂ ਇਹਦੇ ਬਾਰੇ ਗਾਣਾ ਲਿਖਿਆ ਮੈਂ ਤੁਹਾਨੂੰ ਸੁਣਾਉਣਾ ਚਾਹੁੰਦਾ ਹਾਂ ਚਲੋ ਸੁਣਾਂ ਜੀ ਗੁਰਾ ਜੀ ਅਸੀਂ ਕੋਡਾ ਗਾਣਾ ਜਦੋਂ ਚਲੋ ਇੱਕ ਦਿਨ ਆਜੋਰੇ ਫਿਰ ਮੈਨੂੰ ਸੁਣਾ ਦੇਣਾ ਔਰ ਲੇਬਰ ਰਿਫਾਰਮਸ ਜਿਹੜੀ ਤੁਸੀਂ ਮੈਨੂੰ ਪੁੱਛਿਆ ਇੱਥੇ ਕਿ ਲੇਬਰ ਰਿਫਾਰਮਸ ਦਾ ਐਨੀ ਪਲਾਨ ਕੋਈ ਕੋਈ ਕਦਮ ਤੁਸੀਂ ਚੱਕ ਰਹੇ ਹੋ ਪੰਜਾਬ ਦੇ ਵਿੱਚ ਦੇਖੋ ਲੇਬਰ ਇੱਕ ਜਿਹੜੀ ਵਧੀਆ ਇਕਨੋਮੀ ਚੱਲਦੀ ਆ ਆਰਥਿਕਤਾ ਚੱਲ ਰਹੀ ਹੈ ਔਰ ਵਾਈਬਰੈਂਟ ਇਕਨੋਮੀ ਹੋਵੇ ਬੜੀ ਬੜੀ ਤਕੜੇ ਤਰੀਕੇ ਨਾਲ ਇਹ ਵਾਧੀ ਹੋਵੇ ਤਾਂ ਲੇਬਰ ਦਾ ਜਿਹੜਾ ਵੀ ਉਹਨਾਂ ਨੂੰ ਦੁੱਖ ਹੈ ਉਹ ਸਾਡਾ ਦੂਰ ਕਰਨਾ ਸਾਡਾ ਕੰਮ ਹੈ ਐਂਡ ਇਹ ਤਾਂ ਕਿ ਕਾਨੂੰਨ ਵੀ ਚੱਲੇ ਔਰ ਲੇਬਰ ਵੀ ਖੁਸ਼ ਰਹੇ ਇਹ ਦੋਨੋਂ ਚੀਜ਼ਾਂ ਅਸੀਂ ਅਗਰ ਕੋਈ ਇਹ ਜੀ ਗੱਲ ਹੁੰਦੀ ਹੈ ਸਾਨੂੰ ਦੱਸੋ ਅਸੀਂ ਜ਼ਰੂਰ ਇਹਦਾ ਕੋਈ ਹੱਲ ਕੱਢਾਂਗੇ ਨਾ ਇੰਡਸਟਰੀਜ਼ ਹਾਲੇ ਦੇ ਲੇਬਰ ਬਗੈਰ ਔਰ ਨਾ ਲੇਬਰ ਦੇ ਕੋਈ ਨੌਕਰੀਆਂ ਮਿਲ ਨਹੀਂ ਆ ਜਾਂ ਸਾਧਨ ਬਣਨ ਕੇ ਜਾਤਾਂ ਇੰਡਸਟਰੀ ਨਾ ਹੋਏ ਤਾਂ ਤੁਹਾਨੂੰ ਦੋਨੋਂ ਇੱਕ ਭਾਈਪੈਣ ਦੇ ਤਰੀਕੇ ਨਾਲ ਜਾਂ ਭਾਈਪਾਈ ਦੇ ਤਰੀਕੇ ਨਾਲ ਤੁਹਾਨੂੰ ਚੱਲਣਾ ਪਊ ਪੰਜਾਬ ਇੱਕ ਸੂਬਾ ਹੈ ਜਿੱਥੇ ਵਧੀਆ ਤਰੀਕੇ ਨਾਲ ਇੱਥੇ ਚੱਲਦਾ ਰਿਹਾ ਔਰ ਅਹੀਂ ਚੱਲਣਾ ਚਾਹੀਦਾ ਇੱਕ ਭਾਈਪਾਈ ਦੇ ਇੱਕ ਤਰੀਕੇ ਨਾਲ ਉਹੀ ਉਹੀ ਤੁਹਾਡਾ ਕਦਮ ਆਪਾਂ ਨੂੰ ਆਪਣੇ ਪੰਜਾਬ ਦੇ ਵਿੱਚ ਰੱਖਣਾ ਪਊ ਅਮ ਤੋਂ ਇਹ ਹੀ ਇਹ ਹੀ ਗੱਲਾਂ ਸਿਆ ਥੋੜੀਆਂ ਕੋਈ ਜਿਹੜੇ ਮੈਨੂੰ ਸਵਾਲ ਕਰਨ ਕੀਤੇ ਨੇ ਕੀਤੇ ਨੇ ਮੈਨੂੰ ਵਾਇਗਰੂ ਕਰੇ ਇਹ ਜਿਹੜੇ ਹੁਣ ਆਪਾਂ ਮੈਨੂੰ ਮੇਰੇ ਮਨ ਤੇ ਤਾਂ ਹੀ ਕੋਵਿਡ ਦਾ ਹੁਣ ਰਹਿਣਾ ਹੈ ਉਹ ਫਸਲ ਤਾਂ ਆ ਗਈ ਆਪਣੀ ਲੇਕਿਨ ਇਹ ਕੋਵਿਡ ਇੱਕ ਚੀਜ਼ ਬਿਮਾਰੀ ਹੈ ਮੈਂ ਨਹੀਂ ਚਾਹੁੰਦਾ ਕਿ ਦੇਖੋ ਹਰ ਪੰਜਾਬੀ ਜਿਹਨੂੰ ਕੋਵਿਡ ਹੁੰਦਾ ਮੈਨੂੰ ਦੁੱਖ ਹੈ ਹਰ ਪੰਜਾਬੀ ਜਿਹੜਾ ਮਰਦਾ ਹੈ ਮੈਨੂੰ ਬਹੁਤ ਹੀ ਦੁੱਖ ਹੈ ਕਿ ਮੇਰਾ ਇੱਕ ਪਰਿਵਾਰ ਦਾ ਜੀ ਮੇਰਾ ਚਲਾ ਗਿਆ ਤੁਹਾਨੂੰ ਪਤਾ ਹੈ ਕਿੰਨੇ ਸਾਡੇ ਮਰ ਚੁੱਕੇ ਨੇ ਅੱਜ ਤਾਈਂ ਜਦ ਤੋਂ ਕੋਵਿਡ ਸ਼ੁਰੂ ਹੋਇਆ ਚੱਲ ਰਿਹਾ ਹੈ ਚਾਲੀ ਪੰਜਾਬੀ ਸਾਰੇ ਕੱਲੇ ਕੱਲੇ ਜਿਨ੍ਹਾਂ ਦੇ ਪਰਿਵਾਰ ਨੇ ਤੁਸੀਂ ਤਾਂ ਸਾਰੇ ਮੇਰੇ ਮੇਰੇ ਵੀਰ ਹੋ ਕੋਈ ਮੇਰਾ ਭਾਈ ਹੈ ਕੋਈ ਮੇਰੇ ਕੋਈ ਬੱਚੇ ਨੇ ਕੋਈ ਤੁਸੀਂ ਬਜ਼ੁਰਗ ਹੋ ਇਹ ਮੈਨੂੰ ਦੁੱਖ ਹੁੰਦਾ ਜਦੋਂ ਮੈਂ ਗੱਲ ਹੁੰਦੀਆਂ ਨੇ ਤਾਂ ਹੀ ਮੈਂ ਤੁਹਾਨੂੰ ਬਾਰ ਬਾਰ ਇਹ ਕਦਮ ਕਹਿੰਨ ਚੱਕਰ ਨੂੰ ਕਹਿਣਾ ਹੈ ਕਿ ਆਪਾਂ ਬਚਾ ਲਓ ਆਪਣੇ ਬੰਦਿਆਂ ਨੂੰ ਔਰ ਪਲੀਜ਼ ਮੇਰੀ ਗੱਲ ਤੁਸੀਂ ਮੰਨੋ ਕਿ ਤੁਸੀਂ ਆਪਣੇ ਸੋਸ਼ਲ ਡਿਸਟੈਂਸਿੰਗ ਰੱਖੋ ਹੱਥ ਤੋਂ ਕਿਸੇ ਕੋਈ ਫालतू ਗੱਲਾਂ ਕਰਨੀ ਲੋੜ ਨਹੀਂ ਔਰ ਮਾਸਕ ਪਾਓ ਮਾਸਕ ਮੈਂ ਸਖਤੀ ਕਰੂੰ 500 ਰੁਪਏ ਹੁਣ ਫਾਈਨ ਹੈ ਮਾਸਕ ਅਗਰ ਕੋਈ ਨਹੀਂ ਪਾਉਂਦਾ ਔਰ 500 ਰੁਪਏ ਫਾਈਨ ਹੈ ਅਗਰ ਕੋਈ ਠੁਕਦਾ ਔਰ ਇਹ ਨੂੰ ਮੈਂ ਵਧਾ ਦੂੰਗਾ ਹੋਰ ਲੇਕਿਨ ਮੈਂ ਇੱਥੇ ਕਰੋਨਾ ਨਹੀਂ ਹੋਣ ਦੇਣਾ ਮੈਂ ਔਰ ਤੁਹਾਨੂੰ ਮੈਂ ਬੇਨਤੀ ਕਰਦਾ ਤੁਸੀਂ ਸਾਰੇ ਪੰਜਾਬੀਓ ਆਪਣੇ ਆਪਣੇ ਸੂਬੇ ਨੂੰ ਆਪਣੇ ਗਵਾਂਡ ਨੂੰ ਆਪਣੇ ਪਿੰਡ ਨੂੰ ਆਪਣੇ ਸ਼ਹਿਰ ਨੂੰ ਤੁਸੀਂ ਬਚਾਉਣਾ ਹੈ ਔਰ ਤੁਹਾਨੂੰ ਇਹ ਕਦਮ ਚੱਕਣੇ ਪੈਣਗੇ ਇਹੀ ਮੈਂ ਇੱਥੋਂ ਇੱਕ ਗੱਲ ਤੁਹਾਨੂੰ ਮੰਗਦਾ ਔਰ ਮੈਂ ਆਸ ਕਰਦਾ ਤੁਸੀਂ ਮੇਰੀ ਗੱਲ ਮੰਨੋਗੇ ਹੁਣ ਮਿਲਾਂਗੇ ਆਪਾਂ ਫੇਰ ਅਗਲੇ ਹਫਤੇ ਬਹੁਤ ਤਨਵਾਦ ਤੁਹਾਡਾ ਜੈ ਹਿੰਦ